ਜੈ ਭੀਮ, ਜੈ ਗੁਰਦੇਵ, ਨਮੋ ਬੁੱਧਾਏ। ਸਾਂਝਿਆਂ ਵਿਚਾਰਾਂ ਪੰਜਾਬ ਜੀ ਦਾ ਬਹੁਤ ਸਵਾਗਤ ਹੈ। ਆਓ ਤੁਹਾਨੂੰ ਨਾਲ ਲੈ ਕੇ ਆਪਾਂ ਵੈਲਕਮ ਕਰੀਏ ਡਾਕਟਰ ਸਾਹਿਬ ਦਾ। ਡਾਕਟਰ ਸਾਹਿਬ ਜੀ ਵੈਲਕਮ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਅੱਜ ਜਿਹੜੇ ਵਿਸ਼ੇ 'ਤੇ ਆਪਾਂ ਗੱਲ ਕਰਨੀ ਹੈ ਉਹ ਇਹ ਹੈ ਕਿ ਜਿਹੜੇ ਪੰਜਾਬ ਦੇ ਜੰਮੇ ਪਲੇ ਲੋਕ ਹਨ ਉਹ ਪੂਰੇ ਸੰਸਾਰ ਵਿੱਚ ਮਿਹਨਤੀ ਅਤੇ ਸਿਰੜੀ ਮੰਨੇ ਜਾਂਦੇ ਹਨ। ਅਸੀਂ ਜਿੱਥੇ ਵੀ ਜਾਂਦੇ ਹਾਂ ਅਸੀਂ ਸਖ਼ਤ ਤੋਂ ਸਖ਼ਤ ਕੰਮ ਕਰਕੇ ਅਸੀਂ ਬਹੁਤ ਕੁਛ ਪ੍ਰਾਪਤ ਕੀਤਾ, ਬਹੁਤ ਚੰਗੇ ਚੰਗੇ ਕੰਮ ਅਸੀਂ ਕੀਤੇ, ਪਰ ਨਾਲ ਅਸੀਂ ਬਦਨਾਮੀ ਖੱਟਣ ਲੱਗੇ ਵੀ ਬਹੁਤ ਵਾਰੀ ਸੋਚਦੇ ਨਹੀਂ ਹੈ। ਅੱਜ ਕੱਲ੍ਹ ਜਿਹੜੇ ਲੋਕ ਨਵੇਂ ਪੰਜਾਬ ਤੋਂ ਬਾਹਰ ਆ ਰਹੇ ਆ, ਆਪਾਂ ਪੰਜਾਬ ਦੇ ਲੋਕਾਂ ਬਾਰੇ ਜ਼ਿਆਦਾ ਗੱਲ ਕਰਾਂਗੇ ਕਿਉਂਕਿ ਜਿਹੜਾ ਕੰਸ਼ੀ ਟੀ ਵੀ ਆ ਉਹ ਪੰਜਾਬੀ ਵਿੱਚ ਅਸੀਂ ਸਾਰੇ ਪ੍ਰੋਗਰਾਮ ਕਰਦੇ ਹਾਂ, ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਸਰੋਤੇ ਹਨ ਉਹ ਵੀ ਜ਼ਿਆਦਾ ਤੌਰ 'ਤੇ ਪੰਜਾਬੀ ਹੀ ਹਨ। ਤਿੰਨਾਂ ਮੁਲਕਾਂ ਵਿੱਚ ਜਿਹੜਾ ਸਾਡਾ ਕਿਰਦਾਰ ਹੈ ਉਹ ਜ਼ਿਆਦਾ ਪਰਖਿਆ ਜਾਂਦਾ ਜਾਂ ਅਸੀਂ ਕਸੌਟੀ 'ਤੇ ਜ਼ਿਆਦਾ ਪਏ ਹਾਂ, ਇੰਗਲੈਂਡ, ਅਮਰੀਕਾ ਅਤੇ ਕਨੇਡਾ, ਜਿੱਥੇ ਮਿਹਨਤੀ ਲੋਕਾਂ ਨੇ ਬਹੁਤ ਸਖ਼ਤ ਮਿਹਨਤ ਕਰਕੇ ਉਪਲਬਧੀਆਂ ਪ੍ਰਾਪਤ ਕੀਤੀਆਂ, ਉੱਥੇ ਕੁਛ ਲੋਕਾਂ ਨੇ ਘਟੀਆ ਕੰਮ ਕਰਕੇ ਬਦਨਾਮੀ ਵੀ ਖੱਟੀ ਔਰ ਪੰਜਾਬ ਦੀ ਵੀ ਬਦਨਾਮੀ ਹੋਈ। ਚੋਰੀਆਂ ਕਰਨੀਆਂ ਜਾਂ ਸ਼ਰਾਬ ਪਾਣੀ ਪੀ ਕੇ ਸੜਕਾਂ 'ਤੇ ਫਿਰਨਾ, ਗਾਲੀ ਗਲੋਚ, ਆਪਸ 'ਚ ਲੜਨਾ, ਕਤਲੋਗਾਰਦ ਦੀਆਂ ਗੱਲਾਂ ਹੋਈਆਂ, ਇੱਥੋਂ ਤੱਕ ਡਾਕਿਆਂ ਤੱਕ ਵੀ ਸਾਡੇ ਲੋਕਾਂ ਨੇ ਅਟੈਂਪਟ ਕੀਤੀਆਂ। ਅੱਜ ਆਪਾਂ ਵਿਚਾਰ ਕਰਨੀ ਹੈ ਕਿ ਪੰਜਾਬ ਦੇ ਪਾਣੀ ਨੂੰ ਜਿਹੜੀ ਜ਼ਹਿਰ ਮਿਲੀ ਆ ਇਹ ਉਹਦਾ ਸਿੱਟਾ ਹੈ ਜਿਹੜਾ ਅਸੀਂ ਪਾਣੀ 'ਚ ਮਿਲਾ ਕੇ ਜ਼ਮੀਨ ਦੇ ਥੱਲੇ ਘੱਲਿਆ, ਕੀ ਉਹਦਾ ਸਿੱਟਾ ਹੈ ਜਾਂ ਸਾਡੇ ਵਿੱਚੋਂ ਪੰਜਾਬੀਅਤ ਖਤਮ ਹੋ ਗਈ ਹੈ, ਜਾਂ ਅਸੀਂ ਪੰਜਾਬ ਵਿੱਚ ਰਹਿ ਕੇ ਕੰਮ ਕਰਨਾ ਸਿੱਖਿਆ ਹੀ ਨਹੀਂ, ਜਾਂ ਅਸੀਂ ਪੰਜਾਬ ਵਿੱਚ ਜੰਮ ਪਲ ਕੇ ਸਹਿਯੋਗ ਦੇਣਾ, ਸਹਿਯੋਗ ਲੈਣਾ ਇਹ ਸਿੱਖਿਆ ਨਹੀਂ। ਅੱਜ ਆਪਾਂ ਗੱਲ ਕਰਨੀ ਹੈ ਕਿਉਂਕਿ ਅਸੀਂ ਹਰ ਪਾਸੇ ਇੰਨੀਆਂ ਖਬਰਾਂ ਪ੍ਰਚਲਿਤ ਨੇ, ਇੱਥੇ ਵੀ ਪਿਛਲੇ ਇੱਕ ਹਫ਼ਤੇ ਨੂੰ ਦੇਖਿਆ ਕਿ 10-15 ਬੰਦੇ ਗਲਤ ਕੰਮਾਂ ਕਰਕੇ ਜੇਲ੍ਹ 'ਚ ਚਲ ਗਏ, ਗਿਣਤੀ ਨਹੀਂ ਦੱਸੀ ਜਾ ਸਕਦੀ। ਕਨੇਡਾ, ਅਮਰੀਕਾ ਵਿੱਚ ਕਿੰਨੇ ਕਿੰਨੇ ਨਵੇਂ ਮੁੰਡੇ ਕੁੜੀਆਂ ਜਾ ਕੇ ਆਪਣੀ ਜਾਨ ਗੁਆ ਬੈਠੇ ਹਨ ਆਪਸ ਵਿੱਚ ਸ਼ਰਾਬ ਪੀ ਕੇ ਲੜ ਕੇ। ਅਸੀਂ ਜਿਹੜਾ ਸਾਡਾ ਵਿਰਸਾ ਹੈ, ਸਾਡੇ ਸ਼ਹੀਦਾਂ ਦਾ ਵਿਰਸਾ, ਸਾਡੇ ਸੂਝਬੂਝ ਲੋਕਾਂ ਦਾ ਵਿਰਸਾ, ਉਹਨੂੰ ਅਸੀਂ ਟੋਟਲੀ ਮਨੋ ਵਿਸਾਰ ਚੁੱਕੇ ਹਾਂ। ਸੋਚਣਾ ਇਹ ਆ ਕਿ ਜਿਹੜੀ ਫੋਲਟ ਆ, ਜਿਹੜੀ ਨੁਕਸ ਆ, ਉਹ ਕਿੱਥੇ ਹੈ। ਅੱਜ ਕੱਲ੍ਹ ਤਾਂ ਇਹ ਵੀ ਬਹੁਤ ਉੱਭਰ ਕੇ ਖਬਰਾਂ ਨਸ਼ਰ ਹੋਈਆਂ ਹੋ ਰਹੀਆਂ ਕਿ ਜਿਹੜੀ ਗੈਂਗਵਾਰ ਆ ਉਹਦੇ ਅੱਡੇ ਪਰਦੇਸਾਂ 'ਚ ਬਣ ਗਏ,
ਇੱਥੋਂ ਆਰਡਰ ਕੀਤੇ ਜਾਂਦੇ ਕਿ ਇਹਨੂੰ ਮਾਰਨਾ, ਕਿਹਨੂੰ ਛੱਡਣਾ। ਇਹ ਜਿਹੜਾ ਸਿਸਟਮ ਚੱਲ ਪਿਆ, ਇਹਦੇ ਵਿੱਚ ਜਿਹੜੀ ਸਾਡੇ ਕੁਛ ਪਰਿਵਾਰਾਂ ਦੀ ਬਦਨਾਮੀ ਨਹੀਂ ਹੈ, ਪੂਰੇ ਪੰਜਾਬ ਦੀ ਬਦਨਾਮੀ ਆ, ਉਹਨਾਂ ਯੋਧਿਆਂ ਦੀ, ਉਹਨਾਂ ਵੀਰ ਬਹਾਦਰਾਂ ਦੀ ਵੀ ਬਦਨਾਮੀ ਆ, ਜਿਨ੍ਹਾਂ ਦੇ ਨਾਂ ਲੈ ਕੇ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਉਹ ਪੰਜਾਬੀ ਸੀ, ਉਹ ਉਸ ਦੇਸ਼ ਦੇ ਵਾਸੀ ਸੀ ਅਸੀਂ ਇੱਥੇ ਜਿੱਥੇ ਅਸੀਂ ਪੈਦਾ ਹੋਏ। ਇੱਥੇ ਵਿਚਾਰ ਕਰੀਏ ਕਿੱਥੇ ਨੁਕਸਾ ਜਾਂ ਸਾਨੂੰ ਕੀ ਕਰਨਾ ਚਾਹੀਦਾ। ਜਿਹੜੀ ਯੰਗ ਪੀੜ੍ਹੀ ਆ, ਇਹਦਾ ਜਿਹੜਾ ਰਾਹ ਆ ਉਹ ਕਿੱਧਰੋਂ ਤੁਰ ਪਿਆ, ਇਹਨੂੰ ਕਿੱਦਾਂ ਮੋੜਿਆ ਜਾ ਸਕਦਾ। ਆਓ ਸਭ ਤੋਂ ਪਹਿਲਾਂ ਤਾਂ ਵਿਚਾਰ ਲੈਂਦੇ ਡਾਕਟਰ ਹਰੀਸ਼ ਮਲਹੋਤਰਾ ਜੀ ਦੇ, ਉਦੋਂ ਬਾਅਦ 'ਚ ਸਾਡੀਆਂ ਟੈਲੀਫੋਨ ਲਾਈਨਾਂ ਖੁੱਲ੍ਹੀਆਂ ਔਰ ਤੁਸੀਂ ਟੈਲੀਫੋਨ 'ਤੇ ਗੱਲ ਕਰਕੇ ਆਪਣੇ ਵਿਚਾਰ ਦੇ ਸਕਦੇ ਹਾਂ। ਹਰੀਸ਼ ਹੁਣਾਂ ਨੂੰ ਬੁਲਾਉਣ ਤੋਂ ਪਹਿਲਾਂ, ਡਾਕਟਰ ਸਾਹਿਬ ਨੂੰ ਬੁਲਾਉਣ ਤੋਂ ਪਹਿਲਾਂ ਇੱਕ ਅਨਾਊਂਸਮੈਂਟ ਕਰਨਾ ਕਿ ਕਾਂਸ਼ੀ ਟੀ ਵੀ ਦਾ ਜਿਹੜਾ ਸਕਾਈ ਦਾ ਨੰਬਰ ਉਹ ਚੇਂਜ ਹੋ ਰਿਹਾ ਮੰਡੇ ਨੂੰ। 22 ਜੁਲਾਈ ਨੂੰ ਸਾਡਾ ਜਿਹੜਾ ਨਵਾਂ ਨੰਬਰ ਸਕਾਈ ਨੰਬਰ ਹੋਣਾ ਉਹ ਹੈਗਾ 765-665। ਜਿਹੜਾ ਇਸ ਵੇਲੇ ਚੱਲ ਰਿਹਾ ਸੰਡੇ ਤੱਕ ਚੱਲੇਗਾ 772-772 ਅਤੇ ਮੰਡੇ ਨੂੰ ਹੋ ਜਾਏਗਾ 765। ਪਲੀਜ਼ ਨੋਟ ਕਰੋ ਇਸ ਗੱਲ ਨੂੰ। ਆਓ ਆਪਾਂ ਵੈਲਕਮ ਕਰੀਏ ਡਾਕਟਰ ਸਾਹਿਬ ਨੂੰ, ਫਿਰ ਉਹਨਾਂ ਦੇ ਵਿਚਾਰ ਪੁੱਛਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮਿਹਰਬਾਨੀ ਜੀ। ਜਿਸ ਤਰ੍ਹਾਂ ਮੇਰੇ ਵੀਰ ਨੇ ਗੱਲ ਕੀਤੀ ਆ, ਮੈਂ ਵੀ ਦੁਹਰਾ ਦਵਾਂ ਲਿਆ ਵੀ ਜਿਹੜਾ ਮੰਡੇ ਤੋਂ 765 ਨੰਬਰ ਯਾਨੀ ਕਿਹੜਾ ਬੜਾ ਸੌਖਾ ਯਾਦ ਕਰਨਾ ਹੈਗਾ, ਅਤੇ ਇਸ ਚੀਜ਼ ਦਾ ਖਿਆਲ ਰੱਖਿਓ। ਜਿਹੜੀ ਗੱਲ ਅਸੀਂ ਅੱਜ ਤੁਹਾਡੇ ਦਰਪੇਸ਼ ਕੀਤੀ ਹੈਗੀ ਆ, ਉਹਦੀ ਤੁਹਾਨੂੰ ਵੀ ਚਿੰਤਾ ਹੈ, ਸਾਨੂੰ ਵੀ ਚਿੰਤਾ ਹੈ। ਜਦੋਂ ਚੰਗੀਆਂ ਖਬਰਾਂ ਸਾਨੂੰ ਮਿਲਦੀਆਂ ਆਪਣੇ ਲੋਕਾਂ ਦੀਆਂ ਵੀ, ਸਾਡੇ ਫਲਾਨਾ ਜਿਹੜਾ MP ਬਣ ਗਿਆ ਹੈਗਾ, ਸਾਡਾ ਬੰਦਾ ਮਿਨਿਸਟਰ ਬਣ ਗਿਆ, ਸਾਡਾ ਬੰਦਾ ਪ੍ਰਾਈਮ ਮਿਨਿਸਟਰ ਬਣ ਗਿਆ ਹੈਗਾ, ਤਾਂ ਸਾਡਾ ਮਨ ਬਹੁਤ ਉੱਚਾ ਹੁੰਦਾ, ਸਾਡਾ ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਆਈਡੈਂਟੀਫਾਈ ਕਰਦੇ ਹੈਗੇ ਹਾਂ ਉਹਨਾਂ ਲੋਕਾਂ ਦਾ। ਅਤੇ ਇੱਦਾਂ ਹੀ ਜਦੋਂ ਮਾੜੀਆਂ ਖਬਰਾਂ ਆਉਂਦੀਆਂ ਹੈਗੀਆਂ ਵੀ, ਜਿਹੜੇ ਸਾਡੇ ਖਾਸ ਕਰਕੇ ਇਹ ਨਹੀਂ ਹੈ ਲੈ ਵੀ ਜਿਹੜੇ ਪਹਿਲਾਂ ਇੱਥੇ ਵਸੇ ਹੈਗੇ ਲੈ ਵੀ ਉਹ ਕ੍ਰਾਈਮ ਨਹੀਂ ਕਰਦੇ ਹੈਗੇ, ਪਰ ਯਾਨੀ ਕਿ ਜੋ ਮਜੋਰਟੀ ਕੇਸਿਸ ਦੇ ਵਿੱਚ ਹੁਣ ਦੇਖਣ 'ਚ ਇਹ ਆਇਆ ਹੈਗਾ ਵੀ ਜਿਹੜੀ ਪੰਜਾਬ ਤੋਂ ਬਹੁਤ ਸਾਰੇ ਐਜ਼ ਏ ਸਟੂਡੈਂਟ ਆ ਰਹੇ ਹੈਗੇ ਆ ਜਾਂ ਕਿਸੇ ਹੋਰ ਤਰੀਕੇ ਨਾਲ ਅਮਰੀਕਾ ਵਿੱਚ, ਕੈਨੇਡਾ ਵਿੱਚ ਅਤੇ ਇੱਥੇ ਆਪਣੇ ਬਰਤਾਨੀਆ ਵਿੱਚ ਜਿਹੜੇ ਯਾਨੀ ਕਿ ਬੱਚੇ ਯਾਨੀ ਕਿ ਆ ਰਹੇ ਹੈਗੇ ਆ ਨੌਜਵਾਨ, ਅਤੇ ਉਹ ਕਈ ਤਰ੍ਹਾਂ ਦੇ ਕ੍ਰਾਈਮ ਵਿੱਚ ਫਸੇ ਹੈ। ਈਵਨ ਇੱਥੇ ਤੱਕ ਵੀ ਖਬਰਾਂ ਮਿਲਣ ਵਿੱਚ ਆਈਆਂ ਲੈ ਵੀ ਉਹ ਫਰੌਤੀਆਂ ਦੇ ਵੀ ਉਹਨਾਂ ਨੇ ਜਿਹੜਾ ਹੈਗਾ ਕੰਮ ਸ਼ੁਰੂ ਕੀਤਾ ਹੈਗਾ ਲੈ ਵੀ ਤੁਸੀਂ ਇੰਨੀ ਫਰੌਤੀ ਦਿਓ ਅਤੇ ਫਿਰ ਜਿਹੜਾ ਹੈਗਾ ਤੁਹਾਨੂੰ ਅਸੀਂ ਛੱਡਾਂਗੇ। ਕਿਡਨੈਪ ਦੇ ਕੇਸਿਸ ਅਤੇ ਕਾਰਾਂ ਦੀਆਂ ਚੋਰੀਆਂ, ਫਿਰ ਜਿਹੜਾ ਹੈਗਾ ਆਪਣੇ ਵੱਡੇ ਵੱਡੇ ਸਟੋਰਾਂ ਵਿੱਚੋਂ ਜਿਹੜੀਆਂ ਚੋਰੀਆਂ ਕਰਕੇ, ਅਤੇ ਯਾਨੀ ਕਿ ਇਹ ਇੱਕ ਕਿਸਮ ਦੀ ਹੁੱਲੜਬਾਜ਼ੀ ਜਿਹੜੀ ਹੈਗੀ ਹੈ ਨਾ, ਉਹ ਇਹ ਤੋਂ ਆਪਾਂ ਡਿਨਾਈ ਨਹੀਂ ਕਰ ਸਕਦੇ ਵੀ ਠੀਕ ਹੈਗਾ ਵੀ ਉੱਥੇ ਵੀ ਪਹਿਲਾਂ ਵੀ ਸੀਗੀ, ਪਰ ਹੁਣ ਕੁਛ ਜ਼ਰੂਰਤ ਤੋਂ ਜ਼ਿਆਦਾ ਇੱਥੇ ਵੱਧ ਗਈ ਹੈ। ਆਪਾਂ ਨੂੰ ਇਹ ਵੀ ਪਤਾ ਲੈ ਵੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਡਰੱਗ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈਗੀ ਆ, ਨੌਜਵਾਨ ਬਹੁਤ ਸਾਰੇ ਯਾਨੀ ਕਿ ਇਹ ਤੋਂ ਮੁਤਾਸਰ ਹੈਗੇ ਆ, ਪਰ ਇਹ ਵੀ ਅਸੀਂ ਕੰਪਲੇਂਟ ਅਸੀਂ ਕਰ ਰਹੇ ਨਹੀਂ ਲੈ ਵੀ ਉੱਥੇ ਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਜੀ, ਉੱਥੇ ਦਾ ਸਿਸਟਮ ਬੜਾ ਮਾੜਾ ਜੀ, ਉਹ ਸਰਕਾਰਾਂ ਬੜੀਆਂ ਤੰਗ ਕਰਦੀਆਂ ਸਾਨੂੰ ਜੀ। ਉਹ ਇਹੋ ਜਿਹੇ ਮੁਲਕਾਂ ਵਿੱਚ ਜਿੱਥੇ ਕਾਨੂੰਨ ਕੰਪੈਰੇਟਿਵਲੀ, ਮੈਂ ਇਸ ਗੱਲ ਨੂੰ ਅੰਡਰਲਾਈਨ ਕਰਨਾ ਚਾਹੁੰਦਾ ਵੀ ਜਿਹੜੇ ਕੰਪੈਰੇਟਿਵਲੀ ਇਹਨਾਂ ਮੁਲਕਾਂ ਵਿੱਚ ਜਿਹੜੇ ਕਾਨੂੰਨ ਹੈਗੇ ਆ ਉਹ ਉਨੇ ਸਖਤ ਨਹੀਂ ਹੈ ਯਾਨੀ ਕਿ ਉਸ ਤਰੀਕੇ ਨਾਲ ਜਿਹੋ ਯਾਨੀ ਕਿ ਪੁਲਿਸ ਯਾਨੀ ਕਿ ਡੰਡਾ ਬਰੇਡ ਕਰਦੀ ਹੈ। ਇੱਥੇ ਯਾਨੀ ਕਿ ਤੁਹਾਡੀ ਗੱਲ ਸੁਣਦੇ ਹੈ
ਅਤੇ ਇੱਥੇ ਆਣ ਕੇ ਇਹਨਾਂ ਮੁਲਕਾਂ ਵਿੱਚ ਆਣ ਕੇ ਸਾਨੂੰ ਭੱਲ ਨਹੀਂ ਪਚਦੀ ਹੈ ਵੀ ਮੈਂ ਕੈਨੇਡਾ ਆ ਗਿਆ ਹੈਗਾ ਜਾਂ ਮੈਂ ਇੰਗਲੈਂਡ ਆ ਗਿਆ ਹੈਗਾ ਜਾਂ ਮੈਂ ਅਮੈਰੀਕਾ ਚਲ ਗਿਆ ਹੈਗਾ। ਇੱਥੇ ਆਣ ਕੇ ਜਦੋਂ ਇਹੋ ਜਿਹੀਆਂ ਕਰਤੂਤਾਂ ਅਸੀਂ ਕਰਦੇ ਹਾਂ ਅਤੇ ਉਹਦੇ ਨਾਲ ਆਪਣੇ ਸਾਰੇ ਪੰਜਾਬੀਆਂ ਦਾ ਸ਼ਰਮ ਦੇ ਨਾਲ ਜਿਹੜਾ ਸਿਰ ਹੈਗਾ ਚੁੱਕ ਜਾਂਦਾ। ਹੁਣ ਜੇ ਆਪਾਂ ਇਹ ਲਈ ਇਹਦੇ ਕਾਰਨਾਂ ਵੱਲ ਜੇ ਆਪਾਂ ਦੇਖੀਏ ਤਾਂ ਵੀ ਕੀ ਕਾਰਨ ਕੀ ਹੈ, ਕੀ ਸਾਡੀ ਬਰੋਟਰ ਵਿੱਚ ਨੁਕਸ ਹੋ ਗਿਆ ਹੈਗਾ ਬਈ ਜਿਹੜਾ ਉੱਥੋਂ ਯਾਨੀ ਕਿ ਜਿਹੜੇ ਬੱਚੇ ਆਉਂਦੇ ਹੈਗੇ ਆ ਉਹ ਉਹਨਾਂ ਨੂੰ ਉਹਨਾਂ ਦੀ ਬਰੋਟਰ ਬੜੀ ਗਲਤ ਹੋਈ ਹੈਗੀ ਆ, ਇਸ ਕਰਕੇ ਉਹ ਕਰਦੇ ਹੈਗੇ ਆ ਵੀ ਜਾਂ ਕਿਤੇ ਉਹਨਾਂ 'ਤੇ ਡਰੱਗ ਦਾ ਯਾਨੀ ਕਿ ਅਸਰ ਹੈਗਾ ਜਾਂ ਕਿਤੇ ਕੋਈ ਉਹੋ ਜਿਹਾ ਜਿਹੜੇ ਗਾਣੇ ਗੁਣੇ ਇਸ ਪਾਸੇ ਸੁਣਦੇ ਹੈਗੇ ਆ ਜਿੱਥੇ ਹਥਿਆਰਿਆਂ ਦੀਆਂ ਗੱਲਾਂ ਹੁੰਦੀਆਂ ਹੈਗੀਆਂ, ਜਿੱਥੇ ਮਾਰ ਦੇਣ ਦੀਆਂ ਗੱਲਾਂ ਹੁੰਦੀਆਂ ਹੈਗੀਆਂ, ਜਿੱਥੇ ਡਰੱਗ ਦੀਆਂ ਗੱਲਾਂ ਹੁੰਦੀਆਂ, ਜਿੱਥੇ ਸ਼ਰਾਬ ਦੀਆਂ ਗੱਲਾਂ ਹੁੰਦੀਆਂ, ਲੈ ਕੀ ਉਹਨਾਂ ਦਾ ਅਸਰ ਹੈਗਾ ਵੀ ਕੀ ਹੈ ਇਹ 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 ਯਾਨੀ ਕਿਹੜੇ ਹੈਗੇ ਆ ਮਸਲੇ, ਮੈਂ ਸਮਝਦਾ ਬਹੁਤ ਗੰਭੀਰ ਮਸਲੇ ਹੈਗੇ ਆ। ਅਤੇ ਇੱਕ ਪਾਸੇ ਤਾਂ ਅਸੀਂ ਆਪਣੇ ਸੱਭਿਆਚਾਰ ਨੂੰ ਜਿਹੜੀਆਂ ਸਾਡੀਆਂ ਨਰੂਈਆਂ ਕਦਰਾਂ ਕੀਮਤਾਂ ਹੈਗੀਆਂ ਇਹ 'ਚ ਕੋਈ ਸ਼ੱਕ ਨਹੀਂ ਹੈ, ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਸਾਰੇ ਨੁਕਸ ਵੀ ਹੈਗੇ ਆ ਅਤੇ ਬਹੁਤ ਚੰਗੀਆਂ ਗੱਲਾਂ ਵੀ ਹੈਗੀਆਂ, ਇੱਦਾਂ ਹਰ ਸੱਭਿਆਚਾਰ ਵਿੱਚ ਹੈ, ਗੋਰਿਆਂ ਦੇ ਸੱਭਿਆਚਾਰ ਵਿੱਚ ਵੀ ਵੈਸਟਰਨ ਸਿਵਲਾਈਜੇਸ਼ਨ ਵਿੱਚ ਵੀ ਬਹੁਤ ਚੰਗੀਆਂ ਗੱਲਾਂ ਹੈਗੀਆਂ, ਕੁਛ ਮਾੜੀਆਂ ਗੱਲਾਂ ਵੀ ਹੈਗੀਆਂ। ਸੋ ਇਸ ਕਰਕੇ ਅਸੀਂ ਕਿਉਂਕਿ ਮਨੋਰਟੀ ਵਿੱਚ ਹੈਗੇ ਹਾਂ ਅਤੇ ਅਸੀਂ ਇਹਨਾਂ ਦੀ ਅੱਖਾਂ ਵਿੱਚ ਬੜੀ ਛੇਤੀ ਰੜਕਣ ਵੀ ਲੱਗ ਪਏ ਨੇ ਹੈਗੇ ਜਦੋਂ ਅਸੀਂ ਕੋਈ ਕ੍ਰਾਈਮ ਕਰਦੇ ਹੈਗੇ ਹਾਂ, ਅਤੇ ਉਹਦੇ ਨਾਲ ਆਪਣੀ ਸਾਰੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਸਾਰੀ ਬਦਨਾਮੀ ਹੁੰਦੀ ਹੈ, ਸਾਡੇ ਬੱਚਿਆਂ 'ਤੇ ਅਸਰ ਪੈਂਦਾ, ਸਾਡੇ ਆਪਣੇ ਅਤੇ ਆਪ 'ਤੇ ਅਸਰ ਪੈਂਦਾ ਹੈਗਾ। ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਲੈ ਜਿਹੜੇ ਇੱਥੇ ਇਹੋ ਜਿਹਾ ਆਂਸਰ ਹੈ ਬਾਹਰਲੇ ਮੁਲਕਾਂ ਵਿੱਚ ਜਿਹੜੇ ਕਿ ਸਾਡੇ ਖਿਲਾਫ਼ ਹੈਗੇ ਆ, BNP ਯਾਨੀ ਕਿ ਜਿਹੜੀ ਹੈਗੀ ਆ ਯਾਨੀ ਕਿ ਜਾਂ ਰਾਈਟ ਵਿੰਗ ਪਾਰਟੀ ਜਿਹੜੀਆਂ ਹੈਗੀਆਂ ਉਹ ਇਹੋ ਜਿਹਾ ਅਮਨੀਸ਼ਨ ਲੱਭਦੀਆਂ ਫਿਰਦੀਆਂ ਵੀ ਤਾਂ ਕਿ ਅਸੀਂ ਹੋਰ ਵੀ ਸਰਕਾਰਾਂ 'ਤੇ ਜ਼ੋਰ ਪਾ ਸਕੀਏ ਲੈ ਵੀ ਇਹਨਾਂ ਲੋਕਾਂ ਨੂੰ ਇੱਥੋਂ ਬਾਹਰ ਕੱਢੋ, ਇਹ ਸਾਡੇ ਕਲਚਰ ਦੇ ਮੁਤਾਬਿਕ ਠੀਕ ਨਹੀਂ ਹੈ, ਬੈਠਦੇ ਇਹਨਾਂ ਨੂੰ ਬਿਹੇਵ ਨਹੀਂ ਕਰਨਾ ਆਉਂਦਾ। ਹੁਣ ਆਪਾਂ ਦੇਖਦੇ ਹੈਗੇ ਇੱਥੇ ਜਿਹੜੇ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਉੱਚੀ ਉੱਚੀ ਉਹ ਗਾਲਾਂ ਵੀ ਕੱਢ ਰਹੇ ਹੈਗੇ ਆ, ਉੱਚੀ ਉੱਚੀ ਟੈਲੀਫੋਨ 'ਤੇ ਗੱਲਾਂ ਕਰੀ ਜਾਂਦੇ, ਜੇ ਉਹ ਬੱਸ ਵਿੱਚ ਬੈਠੇ ਹੈਗੇ ਤਾਂ ਉਹਦੇ ਵਿੱਚ ਵੀ ਬਹੁਤ ਉੱਚੀ ਉੱਚੀ ਬੋਲਦੇ ਹੈਗੇ ਆ, ਅਤੇ ਉਹਦੇ ਨਾਲ ਯਾਨੀ ਕਿ ਜਾਂ ਥਾਂ ਥਾਂ 'ਤੇ ਥੁੱਕਣਾ ਯਾਨੀ ਕਿ ਜਾਂ ਜਿਹੜਾ ਹੈਗਾ ਕੋਈ ਟ੍ਰੈਫਿਕ ਦੇ ਰੂਲਸ ਐਂਡ ਰੈਗੂਲੇਸ਼ਨਸ ਉਹਨਾਂ ਨੂੰ ਵੀ ਜਿਹੜਾ ਹੈਗਾ ਨਹੀਂ ਅਵੋਇਡ ਕਰਨਾ, ਅਤੇ ਕੁਛ ਇਹੋ ਜਿਹਾ ਵੀ ਹੈ ਕੁਛ ਇਲੀਗਲ ਤੌਰ 'ਤੇ ਯਾਨੀ ਕਿ ਕਾਰਾਂ ਵੀ ਚਲਾ ਰਹੇ ਹੈਗੇ ਆ, ਯਾਨੀ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਇਹ ਨਾਲ ਕ੍ਰਾਈਮ ਵਿੱਚ ਬਹੁਤ ਵਾਧਾ ਹੋ ਰਿਹਾ ਹੈਗਾ। ਅਤੇ ਉਹਦੇ ਨਾਲ ਸਭ ਤੋਂ ਵੱਡੀ ਮਾੜੀ ਗੱਲ ਯਾਨੀ ਕਿ ਇਹ ਹੈ ਵੀ ਸਾਡੀ ਸਾਰਿਆਂ 'ਚ ਬਹੁਤ ਸਾਰੀ ਬਦਨਾਮੀ ਯਾਨੀ ਕਿ ਹੋਈ ਹੈ। ਅਤੇ ਇਹਦੇ ਲਈ ਅਸੀਂ ਵਿਚਾਰ ਤੁਹਾਡੇ ਵੀ ਸੁਣਨਾ ਚਾਹੁੰਦੇ, ਆਈ ਵਿਲ ਕੈਰੀ ਔਨ ਟੋਕਿੰਗ ਯਾਨੀ ਕਿ ਜਿਹੜਾ ਨੰਬਰ ਹੈਗਾ ਤੁਹਾਨੂੰ ਪਤਾ ਹੈ ਸਾਡਾ 03007707024 6, ਅਤੇ ਇਹ 'ਤੇ ਤੁਸੀਂ ਟੈਲੀਫੋਨ ਕਰਕੇ ਆਪਣੇ ਵਿਚਾਰ ਯਾਨੀ ਕਿ ਜ਼ਰੂਰ ਦਿਓ, ਟੈਲੀਫੋਨ ਲਾਈਨ ਤੁਹਾਡੇ ਲਈ ਖੁੱਲ੍ਹੀਆਂ ਹੈਗੀਆਂ। ਅਤੇ ਇਹਦੇ ਬਾਰੇ ਸਾਨੂੰ ਬਹੁਤ ਚਿੰਤਾ ਹੈ। ਹਾਂਜੀ ਮੇਰੇ ਸਾਹਿਬ, ਥੈਂਕ ਯੂ ਜੀ। ਜਿੰਨੇ ਵੀ ਲੋਕ ਆਪਣਾ ਕਾਰੋਬਾਰ ਛੱਡ ਕੇ ਬਾਹਰ ਜਾਂਦੇ ਆ ਉਹਨਾਂ ਦੀ ਇਹ ਤਮੰਨਾ ਹੁੰਦੀ ਆ ਕਿ ਅਸੀਂ ਅਮੀਰ ਬਣੀਏ, ਸਾਡੇ ਕੋਲ ਚਾਰ ਪੈਸੇ ਆਉਣ। ਸਾਡੇ ਵਕਤਾਂ ਵਿੱਚ ਸਾਰੇ ਲੋਕ 3 ਪਾਉਂਡ ਤੋਂ ਜ਼ਿੰਦਗੀ ਸ਼ੁਰੂ ਕਰਦੇ ਸੀ। ਹੈਲੋ ਜੀ, ਵੈਲਕਮ, ਕੌਣ ਕਿੱਥੋਂ ਬੋਲਦੇ ਜੀ? ਵੈਲਕਮ ਤੁਹਾਡਾ। ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ ਸਰ। ਮੁਹੰਮਦ ਜੀ, ਤੁਹਾਡਾ ਬਹੁਤ ਸਵਾਗਤ ਹੈ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਤਾਂ ਮੈਂ ਕਾਂਚੀ ਟੀਵੀ ਨੂੰ ਮੁਬਾਰਕਬਾਦ ਦੇਣਾ। ਕੱਲ੍ਹ ਮੈਂ ਸੁਣ ਰਿਹਾ ਸਾਂ ਕਿ 7 ਸਾਲ ਹੋ ਗਏ ਨੇ ਕਾਂਚੀ ਟੀਵੀ ਨੂੰ ਦੀ ਨਸ਼ਰੀਆਤ ਬ੍ਰੌਡਕਾਸਟ ਹੁੰਦੇ, ਅਤੇ ਬੜਾ ਤੁਸੀਂ ਮਤਲਬ ਲੋਕਾਂ ਨੂੰ ਇੰਟਰਟੇਨ ਕਰਦੇ ਹੋ, ਹਰ ਕਿਸਮ ਦੇ ਪ੍ਰੋਗਰਾਮ ਹੁੰਦੇ ਨੇ, ਅਤੇ ਵੀ ਆਲ ਲਾਈਕ ਕਾਂਚੀ ਟੀਵੀ। ਥੈਂਕ ਯੂ ਜੀ। ਕਾਂਚੀ ਟੀਵੀ ਦੇ ਮਤਲਬ ਦੇਖੋ, ਜਿਹੜਾ ਵੀ ਆਦਮੀ ਪੰਜਾਬ ਤੋਂ ਤਾਲੁਕ ਰੱਖਦਾ ਜਾਂ ਉੱਥੋਂ ਰੂਟਸ ਨੇ,
ਉਹ ਕਦੇ ਵੀ ਆਪਣੇ ਰੂਟਸ ਨੂੰ ਡਿਸਓਨ ਨਹੀਂ ਕਰ ਸਕਦਾ, ਮਤਲਬ ਇਹ ਪੰਜਾਬੀ ਹਮੇਸ਼ਾ ਇਨਸਾਨ ਦੇ ਖੂਨ 'ਚ ਰਹਿੰਦੀ ਹੈ। ਮਤਲਬ ਹੁਣ ਤੁਸੀਂ ਦੇਖੋ ਕਿ ਮੈਂ ਤੁਹਾਡੇ ਟੀ ਵੀ 'ਤੇ ਦੇਖ ਰਿਹਾ ਸਾਂ ਕਿ ਗੁਰਦਾਸਪੁਰ ਦਾ ਇੱਕ ਤਹਿਸੀਲ ਹੈ ਛੱਕੜਗੜ੍ਹ, ਅਤੇ ਦੋ ਬੜੇ ਮਸ਼ਹੂਰ ਇੰਡੀਅਨ ਐਕਟਰ ਰਾਜਿੰਦਰ ਕੁਮਾਰ ਅਤੇ ਦੇਵਾਨੰਦ ਉੱਥੋਂ ਦੇ ਰਹਿਣ ਵਾਲੇ ਸਨ, ਅਤੇ ਉਹ ਦੋਨੋਂ ਪੰਜਾਬੀ ਸਨ। ਉਹਨਾਂ ਨੇ ਇੰਨਾ ਮਤਲਬ ਇਹ ਨਾਮ ਕਮਾਇਆ, ਇੰਨੀ ਫਿਲਮ ਇੰਡਸਟਰੀ 'ਚ ਮਸ਼ਹੂਰ ਹੋਏ। ਔਰ ਦੂਸਰੀ ਅਲਾਮਾ ਇਕਬਾਲ ਨੂੰ ਤੁਸੀਂ ਦੇਖੋ, ਇੰਨੇ ਮਸ਼ਹੂਰ ਬੜੇ ਸਰੀਰ ਦੇ ਸ਼ਾਇਰ ਸਨ, ਸਿਆਲਕੋਟ 'ਚ ਦੇ ਰਹਿਣ ਵਾਲੇ ਸਨ, ਉਹ ਵੀ ਪੰਜਾਬੀ ਸਨ। ਫੈਜ਼ ਅਹਿਮਦ ਫੈਜ਼ ਜਾਂ ਕਈ ਮਤਲਬ ਇਸ ਤਰ੍ਹਾਂ ਮਤਲਬ ਇੰਨੇ ਮਸ਼ਹੂਰ ਲੋਕ ਓਰੀਜਨਲੀ ਪੰਜਾਬੀ ਸਨ, ਅਤੇ ਉਹਨਾਂ ਦੀਆਂ ਮਿਸਾਲਾਂ ਦੇਖੋ। ਅਲਾਮਾ ਇਕਬਾਲ ਸਾਰੇ ਮਤਲਬ ਪੂਰੇ ਬੜੇ ਸਰੀਰ ਨੇ, ਬਲਕਿ ਪੂਰੀ ਦੁਨੀਆਂ 'ਚ ਸ਼ਾਇਰ ਮਸ਼ਰਕ ਉਹਨਾਂ ਨੂੰ ਕਹਿੰਦੇ ਨੇ, ਅਤੇ ਉਹਨਾਂ ਦੀ ਸ਼ਾਇਰੀ ਮਸ਼ਹੂਰ ਹੈ ਉਰਦੂ 'ਚ ਵੀ ਅਤੇ ਫਾਰਸੀ 'ਚ ਵੀ। ਅਤੇ ਇਸ ਤਰ੍ਹਾਂ ਹੁਣ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਅਗਲੇ ਹਫ਼ਤੇ ਪੈਰਿਸ 'ਚ ਓਲੰਪਿਕਸ ਹੋ ਰਹੇ ਨੇ, ਅਤੇ ਹੁਣ ਤੁਸੀਂ ਦੇਖੋ ਪਾਕਿਸਤਾਨ ਅਤੇ ਇੰਡੀਆ ਹਾਕੀ ਦੇ ਵਿੱਚ ਬੜੇ ਮਸ਼ਹੂਰ ਰਹੇ ਨੇ, ਅਤੇ ਮਤਲਬ ਇੱਕ ਇੰਡੀਆ ਦੇ ਬੜੇ ਮਸ਼ਹੂਰ ਪਲੇਅਰ ਸਨ, ਉਹਨਾਂ ਨੇ ਮਤਲਬ 3-4 ਓਲੰਪਿਕਸ ਹਿੱਸਾ ਲਿਆ, ਮੈਨੂੰ ਉਹਨਾਂ ਦਾ ਨਾਮ ਜ਼ਿਹਨ ਨਹੀਂ ਆ ਰਿਹਾ, ਲੇਕਿਨ ਇੱਕ ਪਾਕਿਸਤਾਨੀ ਸਨ ਨਸੀਰ ਬੁੰਦਾ, ਉਹਨਾਂ ਨੇ 1960 'ਚ ਰੋਮ ਓਲੰਪਿਕਸ 'ਚ ਇੰਡੀਆ ਦੇ ਖਿਲਾਫ ਗੋਲ ਕੀਤਾ ਸੀ, ਅਤੇ ਉਹ ਪਾਕਿਸਤਾਨ ਪਹਿਲੀ ਦਫ਼ਾ ਗੋਲਡ ਮੈਡਲ ਜਿੱਤਿਆ ਸੀ, ਅਤੇ ਉਹਨਾਂ ਦੇ ਨਾਂ 'ਤੇ ਰਾਵਲਪਿੰਡੀ ਦੇ ਵਿੱਚ ਹਾਕੀ ਦਾ ਸਟੇਡੀਅਮ ਵੀ ਹੈਗਾ। ਅਤੇ ਇਸ ਤਰ੍ਹਾਂ ਮਤਲਬ ਇਹ ਉਹ ਪੰਜਾਬੀ ਲੋਕ ਮਤਲਬ ਇਹ ਹਰ ਜਗ੍ਹਾ ਮਸ਼ਹੂਰ ਹੋਏ ਨੇ, ਲੇਕਿਨ ਇਹਦੇ 'ਚ ਐਵੇਂ ਕਿ ਹਰ ਸ਼ੋਬੇ 'ਚ ਹਰ ਇਸ ਤਰ੍ਹਾਂ ਪੰਜਾਬੀਅਤ ਨੂੰ ਸਮਝਣਾ ਕਿ ਪੰਜਾਬੀਅਤ ਹੀ ਸਭ ਕੁਛ ਹੈ ਰੌਂਗ ਸਟੇਟਮੈਂਟ। ਹਰ ਬੰਦੇ 'ਚ ਆਪਣੀ ਆਪਣੀ ਸਲਾਹੀਅਤ ਹੁੰਦੀ ਹੈ, ਭਾਵੇਂ ਉਹ ਪੰਜਾਬ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ, ਲੇਕਿਨ ਕੋਈ ਵੀ ਬੰਦਾ ਆਪਣੇ ਰੂਟਸ ਨੂੰ ਨਹੀਂ ਭੁੱਲ ਸਕਦਾ। ਜਿਹੜਾ ਪੰਜਾਬੀ ਉਹ ਹਮੇਸ਼ਾ ਪੰਜਾਬੀ ਰਹੇਗਾ, ਜਾਂ ਆਪਣੇ ਪੰਜਾਬ ਤਰਬੀਅਤ ਪਾਈ ਹੈ ਜਾਂ ਉੱਥੋਂ ਦਾ ਜੰਮਿਆ ਪਲਿਆ। ਅਤੇ ਜਿਹੜੇ ਮਸ਼ਹੂਰ ਲੋਕ ਨੇ ਉਹਨਾਂ ਦੀਆਂ ਮਿਸਾਲਾਂ ਦੇਖੋ ਤੁਸੀਂ ਕਿ ਕਿਸ ਨੇ ਉਹ ਮਸ਼ਹੂਰ ਹੋਏ ਨੇ, ਔਰ ਉਹਨਾਂ ਨੇ ਇੱਕ ਮਤਲਬ ਇਹ ਰੋਲ ਮਾਡਲ ਦਾ ਰੋਲ ਮਾਡਲ ਰਹੇ ਨੇ। ਥੈਂਕ ਯੂ ਵੈਰੀ ਮਚ। ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ ਮੁਹੰਮਦ ਜੀ। ਜਿਹੜੇ ਮਹਾਨ ਲੋਕ ਹੋਏ ਹਨ, ਉਹਨਾਂ ਨੇ ਮਹਾਨ ਕੰਮ ਕੀਤੇ, ਉਹਨਾਂ ਦੀ ਮਹਾਨਤਾ ਨੂੰ ਅਸੀਂ ਸਲੂਟ ਕਰਦੇ ਹਾਂ, ਲੇਕਿਨ ਗੱਲ ਅਸੀਂ ਇਹ ਕਰ ਰਹੇ ਹਾਂ ਜਿਹੜੇ ਖਾਸ ਤੌਰ 'ਤੇ ਇੰਡੀਆ ਅਤੇ ਪਾਕਿਸਤਾਨ ਦੋਨਾਂ ਮੁਲਕਾਂ ਤੋਂ ਪੰਜਾਬੀ ਬੋਲਣ ਵਾਲੇ ਲੋਕ ਆਏ ਆ, ਉਹਨਾਂ ਨੇ ਜਿਹੜਾ ਕਿਰਦਾਰ ਨਿਭਾਇਆ, ਨਿਭਾ ਰਹੇ ਆ, ਉਹ ਤੁਹੀਨ ਕਰ ਰਿਹਾ ਪੰਜਾਬੀਅਤ ਦੀ, ਉਹ 'ਤੇ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਕੀ ਵਜ੍ਹਾ ਆ ਜਾਂ ਉਹਦੇ ਬਾਰੇ ਕੀ ਹੋਣਾ ਚਾਹੀਦਾ, ਸਾਨੂੰ ਸਮਾਜਿਕ ਤੌਰ 'ਤੇ ਕੀ ਉਹਦੇ ਬਾਰੇ ਕਰਨਾ ਚਾਹੀਦਾ। ਮੈਂ ਗੱਲ ਸ਼ੁਰੂ ਕੀਤੀ ਸੀਗੀ ਜਿੰਨੇ ਵੀ ਲੋਕ ਆਪਣੇ ਮਾਂ ਬਾਪ ਨੂੰ ਛੱਡ ਕੇ ਸਾਰੋਂ ਛੱਡ ਕੇ ਪ੍ਰਦੇਸ਼ ਆਉਂਦੇ ਆ, ਅਸੀਂ ਸਾਰੇ ਤਨ ਪਾਉਣ ਲੈ ਕੇ ਆਏ ਸੀ ਇੱਥੇ, ਲੋਕਾਂ ਨੇ ਸ਼ਿਫਟਾਂ ਕਰਕੇ, ਓਵਰ ਟਾਈਮ ਕਰਕੇ, ਰਾਤਾਂ ਕਰਕੇ, ਵਕਤ ਲੱਗਾ, ਉਹ ਆਪਣੇ ਆਪ ਨੂੰ ਸੰਭਾਲ ਪਾਏ, ਉਹਨੇ ਘਰ ਬਣਾਏ, ਆਪਣੇ ਬੱਚੇ ਪੜ੍ਹਾਏ, ਉਹਨਾਂ ਨੂੰ 40-50 ਸਾਲ ਦਾ ਸਮਾਂ ਲੱਗਾ ਤਾਂ ਜਾ ਕੇ ਉਹਨਾਂ ਕੋਲ ਦੋ ਪੈਸੇ ਹੋਏ। ਲੇਕਿਨ ਜਿਹੜੇ ਹੁਣ ਆ ਰਹੇ ਲੋਕ, ਉਹ ਵੀ ਇਹ ਤਮੰਨਾ ਲੈ ਕੇ ਆ, ਜਿਹੜੀ ਤਮੰਨਾ ਅਸੀਂ ਲੈ ਕੇ ਆਇਆ ਸੀ ਵੀ ਅਸੀਂ ਉੱਥੇ ਜਾ ਕੇ ਅਮੀਰ ਬਣਾਂਗੇ, ਸਾਡੇ ਕੋਲ ਆਹ ਚੀਜ਼ਾਂ ਹੋਣਗੀਆਂ, ਪਰ ਉਹਨਾਂ ਦੀ ਚਾਹਤ ਨੂੰ ਫੁੱਲਫਿਲ ਕਰਨ ਵਾਸਤੇ ਉਹ 24 ਆਵਰਸ ਦੇ ਰਿਹਾ ਆਪਣੇ, ਰਾਤੋਂ ਰਾਤ ਮੈਂ ਕਰਨਾ,
ਜਿਹੜਾ ਰਾਤੋ ਰਾਤ ਅਮੀਰ ਹੋਣ ਦੀ ਗੱਲ ਹੈਗੀ ਆ, ਉਹਦੇ ਵਿੱਚ ਡਰੱਗ ਵੀ ਆ ਜਾਂਦੇ ਆ, ਲੜਾਈ ਝਗੜਾ ਇਹ ਸਾਰੇ ਉਹਦੇ ਵਿੱਚ ਆ ਜਾਂਦੇ ਆ। ਇੱਕ ਵਕਤ ਸੀ ਜਿਹੜੇ ਪੰਜਾਬੀ ਲੋਕ ਇੱਥੇ ਸੀਗੇ, ਬੇਸ਼ੱਕ ਉਹਨਾਂ ਨੂੰ ਬੀਅਰ ਵਗੈਰਾ ਉਹ ਪੀਂਦੇ ਸੀਗੇ, ਲੇਕਿਨ ਲੜਾਈ ਝਗੜੇ ਨੂੰ ਕਦੀ ਵੀ ਚੰਗਾ ਨਹੀਂ ਸਮਝਿਆ ਗਿਆ ਪੰਜਾਬੀ ਵਿੱਚ। ਕਿਸੇ ਨੇ ਪ੍ਰਮੋਟ ਨਹੀਂ ਕੀਤਾ ਵੀ ਜੇ ਫਲਾਨਾ ਬੰਦਾ ਲੜਦਾ ਤਾਂ ਉਹ ਚੰਗਾ ਬੰਦਾ, ਔਰ ਜੇ ਕੋਈ ਸ਼ਰਾਬ ਵੀ ਜ਼ਿਆਦਾ ਪੀਂਦਾ ਉਹਨੂੰ ਵੀ ਬਾਹਲੀ ਇੱਜ਼ਤ ਨਹੀਂ ਦੇਖਿਆ ਨਹੀਂ ਜਾਂਦਾ ਸੀਗਾ। ਜ਼ਰੂਰ ਕੋਈ ਨਾ ਕੋਈ ਵਿੱਚ ਬੰਦਾ ਸਮਾਜ 'ਚ ਬੰਦਾ ਹੁੰਦਾ ਜਿਹੜਾ ਪਸੰਦ ਕਰਦਾ ਗਲਤ ਕੰਮ ਨੂੰ, ਅਤੇ ਗੈਂਗਬਾਜ਼ੀ ਜਿਹੜੀ ਉਸ ਵੇਲੇ ਕੁਛ ਹੋਰ ਸੀਗੀ, ਅੱਜ ਕੁਛ ਹੋਰ ਤਰ੍ਹਾਂ ਦੀ ਆ। ਇਹਨੂੰ ਅਗਰ 50-60 ਸਾਲ ਪਹਿਲਾਂ ਜਿਹੜਾ 3 ਪੌਂਡ ਲੈ ਕੇ ਆ ਉਹ ਅਮੀਰ ਹੋ ਸਕਦੇ ਆ ਵਕਤ ਦੇ ਨਾਲ, ਤਾਂ ਜਿਹੜੇ ਬੰਦੇ ਹੁਣ ਆਉਂਦੇ ਉਹ ਤਾਂ ਓਨੇ ਪੈਸੇ ਦੇਖਣੇ ਜਿੰਨੇ ਖਰਚ ਕੇ ਇੱਥੇ ਆਉਂਦੇ ਹੋ, 35-35-40-40 ਲੱਖ ਰੁਪਈਆ ਦੇ ਕੇ ਇੱਥੇ ਆਉਂਦੇ ਆ। ਅੱਜ ਦੇ ਹਿਸਾਬ ਨਾਲ ਅੱਜ ਰੇਟ ਚੰਗਾ ਆ, ਅੱਜ ਦੇ ਹਿਸਾਬ ਨਾਲ ਵੀ 30-40 ਹਜ਼ਾਰ ਪੌਂਡ ਬਹੁਤ ਹੈਗਾ ਕੋਲ ਹੋਣਾ, ਬਹੁਤ ਇੰਗਲੈਂਡ ਵਿੱਚ ਵੀ ਮਾਇਨੇ ਰੱਖਦਾ ਹੈ। ਬਿਲਕੁਲ ਬਿਲਕੁਲ, ਅਤੇ ਜੇ ਉਹ ਇੰਨਾ ਪੈਸਾ ਖਰਚ ਕੇ ਇੱਥੇ ਆਇਆ ਤਾਂ ਉਹਨਾਂ ਦੀ ਜਿਹੜੀ ਤਮੰਨਾ ਉਹ ਕਿੰਨੀ ਹੋਊਗੀ। ਇੱਕ ਜਿਹੜੀ ਵਿੱਚ ਸਾਡੇ ਹੋਮੇ ਆ, ਇਹ ਬਹੁਤ ਵੱਡਾ ਰੋਲ ਪਲੇ ਕਰ ਰਹੀ ਆ ਕਿ ਮੈਂ ਤਾਂ ਫਲਾਨੇ ਸਮਾਜ ਦਾ ਬੰਦਾ ਹਾਂ, ਜਾਂ ਮੇਰਾ ਬਾਪ ਫਲਾਨਾ ਸੀਗਾ, ਜਾਂ ਮੇਰਾ ਬਾਪ ਮੇਰਾ ਸਹੁਰਾ ਇੱਦਾਂ ਸੀ, ਉਹ ਜਿਹੜੀ ਉਹ ਜਿਹੜੀਆਂ ਅਸੀਂ ਜ਼ਮੀਨ 'ਤੇ ਨਹੀਂ ਘੁੰਮਦੇ, ਕਿਉਂਕਿ ਅਸੀਂ 25-30 ਲੱਖ ਰੁਪਈਆ ਖਰਚ ਕੇ ਹਾਂ, ਅਸੀਂ ਅੱਧੇ ਪੈਰ ਵੈਸੇ ਹੀ ਉੱਪਰ ਚੱਕੋ ਆ ਕਿ ਅਸੀਂ ਬੜੇ ਬੰਦੇ ਹਾਂ, ਇੰਨਾ ਪੈਸਾ ਅਸੀਂ ਖਰਚ ਲਿਆ ਹੋਣ ਤੋਂ ਪਹਿਲਾਂ। ਉਹ ਜਿਹੜਾ 30-40 ਲੱਖ ਰੁਪਈਆ ਤੁਸੀਂ ਖਰਚ ਕਿਆ ਉਹ ਕਦੀ ਪੂਰਾ ਨਹੀਂ ਹੋਣਾ, ਉਹ ਪੂਰਾ ਕਰਨ ਲਈ ਅਸੀਂ ਇਹ ਗਲਤ ਪਾਸੇ ਨੇ ਲੜਾਈ ਝਗੜੇ ਵਿੱਚ ਪੈਂਦੇ ਹਾਂ ਉਹਦੇ ਨਾਲ, ਜਿੱਥੇ ਤੁਹਾਡੇ ਆਪਣੀ ਜ਼ਿੰਦਗੀ। ਖਾਸ ਤੌਰ 'ਤੇ ਮੈਂ ਉਹ ਜ਼ਿਕਰ ਕਰਨਾ ਚਾਹੁੰਦਾ ਜਿਹੜੇ ਲੋਕ ਇੱਥੇ ਆ ਕੇ ਲੜਾਈ ਝਗੜੇ 'ਚ ਮਾਰੇ ਜਾਂਦੇ ਆ ਜਾਂ ਜੇਲ੍ਹ 'ਚ ਚਲੇ ਜਾਂਦੇ ਆ। ਇੱਕ ਤਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਟੌਹਰ ਬਣੀ ਆ ਉਹ ਜਾਂਦੀ ਲੱਗੀ, ਮਾਪੇ ਉਦੇ ਮਰ ਜਾਂਦੇ ਆ। ਇੱਕ ਤਾਂ ਉਹ ਬੱਚਿਆਂ ਨੂੰ ਪਰਦੇਸ਼ ਘੱਲ ਕੇ ਮਰਦੇ ਆ, ਅੱਖੋਂ ਦੂਰ ਕਰਕੇ ਆਪਣੇ ਬੱਚਿਆਂ ਨੂੰ। ਦੂਜਾ ਜਦੋਂ ਪਤਾ ਲੱਗਦਾ ਕਿ ਸਾਡੇ ਬੱਚੇ ਉੱਥੇ ਜੇਲ੍ਹ 'ਚ ਬੈਠਿਆ ਜਾਂ ਸਾਡਾ ਬੱਚਾ ਉੱਥੇ ਮਰ ਗਿਆ, ਤਾਂ ਫਿਰ ਤਰਲੇ ਕਰਦੇ ਆ, ਪਹਿਲਾਂ ਤਾਂ ਗਲਤ ਘੱਲਦੇ ਆ, ਫਿਰ ਤਰਲੇ ਕਰਦੇ ਸਾਡੀ ਬੱਚੇ ਦੀ ਲਾਸ਼ ਇੱਥੇ ਪਹੁੰਚਾ ਦਿਓ ਸਰਕਾਰਾਂ ਪਹੁੰਚਾਉਣ। ਅਸੀਂ ਮਤਲਬ ਸਾਨੂੰ ਸੋਚਣਾ ਪਊਗਾ ਕੌਣ ਲੈ ਲਈ। ਹੈਲੋ, ਸਵਾਗਤ ਹੈ, ਕੌਣ ਕਿੱਥੋਂ ਬੋਲਦੇ ਸੀ? ਹੈਲੋ ਮਿਸਟਰ ਮਹਿਰ ਸਾਹਿਬ, ਡਾਕਟਰ ਸਾਹਿਬ, ਹਾਂਜੀ ਹਾਂਜੀ, ਨਮਸਕਾਰ ਜੀ, ਨਮਸਕਾਰ। ਡਾਕਟਰ ਸਾਹਿਬ, ਮੈਂ ਇਸ ਚੀਜ਼ 'ਚ ਇਸ ਮੁਲਕ ਜਿਹੜਾ ਤੁਸੀਂ ਚੱਲਦੇ ਮੈਂ ਵੀ ਰਹਿੰਦਾ, ਮੈਂ ਇਹ ਕਹਿੰਦਾ ਕਿ ਬਈ ਮੇਰਾ ਆਪਣਾ ਮਤਲਬ ਸੋਚ ਆ ਵੀ ਜਿਸ ਮੁਲਕ ਵਿੱਚ ਤੁਸੀਂ ਰਹਿਣਾ ਉਸ ਮੁਲਕ ਦਾ ਤੁਸੀਂ ਪਾਰਟ ਬਣ ਕੇ ਰਹਿ ਸਕਦੇ ਹਾਂ, ਅਦਰਵਾਈਜ਼ ਯੂ ਨੋ ਤੁਸੀਂ ਉਸ ਮੁਲਕ ਦੇ ਉਸ ਮੁਲਕ ਦਾ ਉਸ ਸੋਸਾਇਟੀ ਦਾ ਪਾਰਟ ਨਹੀਂ ਬਣੇ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹਾਂ। ਕਿਸੇ ਵੀ ਤੁਸੀਂ ਸੋਸਾਇਟੀ ਜਾਓ, ਭਾਈਚਾਰੇ ਜਾਓ, ਤੁਹਾਨੂੰ ਉਸ ਉਸ ਉਸਦਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਣੀ ਆਈਡੈਂਟੀ ਗੁਆ ਦਿਓ, ਪਰ ਫਿਰ ਵੀ ਤੁਹਾਨੂੰ ਉਹਦਾ ਪਾਰਟ ਬਣ ਕੇ ਰਹਿਣਾ ਪਊਗਾ, ਖਾਸ ਕਰ ਇਹਨਾਂ ਮੁਲਕਾਂ ਦੇ ਵਿੱਚ। ਹੁਣ ਜੇ ਜਿੱਥੋਂ ਤੱਕ ਅਸੀਂ ਦੇਖੋ, ਮਹੇਸ਼ ਸਾਹਿਬ ਨੇ ਵੀ ਕਿਹਾ ਸੀ 3 ਪੌਂਡ ਲੈ ਕੇ ਆਇਆ, ਮੈਂ ਯੰਗ ਉਮਰ 'ਚ ਆ ਸੀ, 3 ਪੌਂਡ ਸੀ ਮੇਰੇ ਪਾਸ, ਕੋਈ ਮੈਨੂੰ ਜਾਣਦਾ ਤੱਕ ਨਹੀਂ ਸੀਗਾ, ਕੋਈ ਮੇਰੀ ਮਾਂ ਨਹੀਂ ਸੀ ਬੈਠੀ ਇੱਥੇ ਰੋਟੀਆਂ ਪਾਉਣ ਵਾਸਤੇ। 13 ਸਾਲ ਪਿੱਛੋਂ ਮੈਂ ਆਪਣੇ ਮੁਲਕ 'ਚ ਗਿਆ। ਇਹ ਜਿਹੜੇ ਨਵੇਂ ਆਉਂਦੇ ਆ ਡਾਕਟਰ ਸਾਹਿਬ, ਇਹ 24 ਆਵਰਸ ਇਹਨਾਂ ਦਾ ਕਨੈਕਸ਼ਨ ਇਹਨਾਂ ਦੇ ਭੈਣਾਂ ਭਰਾਵਾਂ ਇੰਡੀਆ ਦੋਸਤਾਂ ਨਾਲ ਲੱਗਾ। ਅਸੀਂ ਆਪਣੇ ਮਾਂ ਪਿਓ ਨਾਲ ਕਦੇ ਗੱਲ ਹੀ ਨਹੀਂ ਕੀਤੀ, ਜੋ ਅਸੀਂ ਕੁਰਬਾਨੀਆਂ ਕੀਤੀਆਂ ਇਹ ਤਾਂ ਸੋਚ ਵੀ ਨਹੀਂ ਸਕਦੇ।
ਅਸੀਂ ਮਤਲਬ 12-12 ਇੱਕ ਇੱਕ ਕਮਰੇ 'ਚ ਰਹਿ ਕੇ ਦੇਖਿਆ, ਉਦੋਂ ਇੰਡੀਅਨ ਕੋਲ ਘਰ ਨਹੀਂ ਸੀ ਹੁੰਦੇ, ਗੋਰੇ ਸਾਨੂੰ ਕਿਰਾਇਆ ਨਹੀਂ ਦਿੰਦੇ ਸੀਗੇ। ਹੁਣ ਤਾਂ ਇਹਨਾਂ ਹੁਣ ਤਾਂ ਇੰਡੀਅਨ ਲੋਕਾਂ ਕੋਲ ਘਰ ਆ, ਇਹਨਾਂ ਇਹਦੇ ਭਾਵਾਂ ਇਹ ਕਰਾਊਡਡ ਹੀ ਰਹਿੰਦੇ ਆ, ਪਰ ਫਿਰ ਵੀ ਇਹਨਾਂ ਨੂੰ ਮਤਲਬ ਜਗ੍ਹਾ ਮਿਲ ਰਹੀ ਹੈਗੀ ਰਹਿਣ ਵਾਸਤੇ। ਪਰ ਸਾਡੇ ਵਾਸਤੇ ਤਾਂ ਕੁਛ ਵੀ ਨਹੀਂ ਸੀਗਾ, ਬਹੁਤ ਤੰਗੀਆਂ ਨਾਲ ਅਸੀਂ ਕੱਟੇ ਆ। ਪਰ ਜੋ ਅਸੀਂ ਅੱਜ ਇੱਥੇ ਬੈਠੇ ਹਾਂ, ਇਹ ਕੋਈ ਸਾਨੂੰ ਕਿਸੇ ਨੇ ਪਲੇਟ 'ਚ ਨਹੀਂ ਦਿੱਤਾ, ਪਰ ਅਸੀਂ ਇਮਾਨਦਾਰੀ ਦੇ ਨਾਲ ਕੰਮ ਕੀਤਾ। ਸਾਨੂੰ ਬੇਈਮਾਨੀ ਜਾਂ ਚੋਰੀ ਆਉਂਦੀ ਨਹੀਂ ਸੀ, ਸਾਡਾ ਉਸ ਪਾਸੇ ਦਿਮਾਗ ਹੀ ਨਹੀਂ ਸੀਗਾ। ਮਿਹਨਤ ਕਰਕੇ ਅਸੀਂ ਜੋ ਕੁਛ ਬਣਾਇਆ। ਪਰ ਇਹ ਜਿਹੜੇ ਨਵੇਂ ਆਉਂਦੇ ਆ ਡਾਕਟਰ ਸਾਹਿਬ, ਇੱਕ ਤਾਂ ਇਹ ਕੋਈ ਗਰੀਬ ਘਰਾਂ 'ਚੋਂ ਆਦਮੀ 15-20 ਜਾਂ 30 ਲੱਖ ਰੁਪਈਆ ਦੇ ਕੇ ਆਇਆ, ਇਹਦਾ ਮਤਲਬ ਉਹ ਚੰਗੇ ਭਲੇ ਘਰ 'ਚੋਂ ਆਇਆ। ਇਸ ਕਰਕੇ ਉਹਦਾ ਦਿਮਾਗ ਜਿਹੜਾ ਉਹ ਉੱਥੇ ਫਸਿਆ ਹੈਗਾ ਕਿ ਬਈ ਸਾਡੇ ਕੋਲ ਬਹੁਤ ਵੱਡਾ ਘਰ ਸੀ, ਉੱਥੇ ਵੱਡਾ ਮੋਟਰਸਾਈਕਲ ਸੀ, ਵੱਡੀ ਕਾਰ ਸੀ, ਅਸੀਂ ਤਾਂ ਉੱਥੇ ਸਰਦਾਰ ਸੀਗੇ, ਅਸੀਂ ਤਾਂ ਫਲਾਣੇ ਸੀ ਜੇ ਸੀ। ਉਹ ਗੱਲਾਂ ਇਹਨਾਂ ਦੇ ਦਿਮਾਗ 'ਚ ਫਸੀ ਹੋਈਆਂ। ਇਹ ਜਿਹੜਾ ਮਾਇੰਡ ਸੈੱਟ ਆ, ਇਹ ਇਹਨਾਂ ਨੂੰ ਜਿੱਥੇ ਵੀ ਜਾਂਦੇ ਆ ਇਹ ਇਹਨਾਂ ਨੂੰ ਖਰਾਬ ਕਰ ਰਿਹਾ। ਮੈਂ ਇੱਕ ਦੇਖਿਆ ਸੀਗਾ ਕੈਨੇਡਾ ਦੇ ਵਿੱਚ, ਇੱਕ ਬਜ਼ੁਰਗ ਔਰਤ ਜਿਹੜੀ ਆ ਜੋ ਹੋਊਗੀ 80 ਸਾਲ ਦੀ, ਉਹ ਇੰਡੀਅਨ ਨੂੰ ਗਾਲਾਂ ਕੱਢ ਰਹੀ ਆ, ਸੋਟੀਆਂ ਮਾਰ ਰਹੀ ਆ, ਉਹਨਾਂ ਦੇ ਕਹਿੰਦੇ ਸੀ ਜਾਓ ਆਪਣੇ ਘਰਾਂ ਨੂੰ ਦੌੜ ਜਾਓ ਇੱਥੋਂ। ਉਹ ਹੱਸੀ ਜਾਂਦੇ ਆ, ਬੇਸ਼ਰਮੀ ਨਾਲ ਉਹ ਹੱਸੀ ਜਾਂਦੇ। ਗੱਲ ਭਾਵਾਂ ਉਹ ਔਰਤ ਆ, ਉਹ ਕੋਈ ਮਤਲਬ ਕੋਈ ਯੰਗਸਟਰ, ਕੋਈ ਹੁਲੀਗਨ ਨਹੀਂ ਗਾ, ਇੱਕ ਮਚਿਓਰਡ 80 ਸਾਲ ਦੀ ਔਰਤ ਉਹਨਾਂ ਨੂੰ ਕਹਿ ਰਹੀ ਆ ਕਿ ਤੁਸੀਂ ਇੱਥੇ ਚਲ ਜਾਓ, ਤਾਂ ਮੋਹਰੇ ਹੱਸੀ ਜਾਂਦੇ ਆ। ਇਸ ਮੁਲਕ 'ਚ ਤੁਸੀਂ ਦੇਖੋਗੇ ਇਹ ਨਾ ਮਤਲਬ ਗਰੁੱਪਾਂ ਦਾ ਗਰੁੱਪ ਤੁਰਿਆ ਫਿਰਦਾ, ਕੰਮ ਇਹਨਾਂ ਪਾਸ ਕੋਈ ਹੈ ਨਹੀਂ ਗਾ, ਘਰ ਘਾਟ ਨਹੀਂ ਗਾ, 30-35 ਲੱਖ ਰਾ ਕੇ ਕਾਹਦਾ ਆਪਣੀ ਜ਼ਿੰਦਗੀ ਸੈੱਟ ਕਰਨਗੇ। ਜੇ ਤੁਸੀਂ 24-25 ਸਾਲ ਦੇ 30 ਹੋ ਕੇ ਇੱਥੇ ਆਏ ਆ, ਕੋਈ ਲੜਕੀ ਆ ਉਹਦੇ 2-4 ਸਾਲ ਲੰਘ ਗਿਆ, ਉਹਦੀ ਮੈਰਿਜ ਲੰਘ ਗਈ, ਤਾਂ ਕੀ ਕਰੇਗੀ ਇੱਥੇ? ਫਰੈਂਡ, ਨਾ ਤੁਸੀਂ ਆਪਣਾ ਆਪ ਹੀ ਉੱਥੇ ਹੀ ਖਵਾ ਰਿਹਾ, ਨਾ ਇੱਥੇ, ਅਤੇ ਸ਼ੇਕਰ 'ਤੇ ਤੁਸੀਂ ਜਿਹੜੀ ਸਿਚੁਏਸ਼ਨ ਹੋਣੀ ਆ ਉਹ ਤਾਂ ਰੱਬ ਹੀ ਜਾਣਦਾ, ਰੱਬ ਇਹਨਾਂ ਨਾਲ ਕੀ ਸਿਚੁਏਸ਼ਨ ਹੋਣੀ ਆ। ਜਿੱਥੇ ਤੋਂ ਮੈਨਰਜ਼ ਦਾ ਸੰਬੰਧ ਹੈ ਭਗਵੰਤ ਅਗਿਨਾ ਮਹੇਸ਼ ਸਾਹਿਬ, ਮੈਨੂੰ ਕੀ ਯਾਦ ਹੈ ਕਿ ਇੱਥੇ ਇੱਕ IAS ਅਫਸਰ ਆਇਆ, ਕੋਈ 10-8-9 ਸਾਲ ਦੀ ਗੱਲ ਆ, ਤੁਹਾਡੇ ਬਰਮਿੰਗਮ ਦੇ ਵਿੱਚ। ਉਹ ਆਪਣੇ ਕਿਸੇ ਦੋਸਤਾਂ ਦੇ ਨਾਲ ਜਾ ਰਿਹਾ ਸੀਗਾ, ਅਤੇ ਉਹਨੇ ਇੱਕ ਉੱਥੇ ਜਿਹੜਾ ਆਪਣਾ ਇੰਗਲੈਂਡ ਦਾ ਸਫ਼ਰਨਾਮਾ ਲਿਖਿਆ, ਇੱਕ ਕਹਾਣੀ 'ਚ ਲਿਖੀ ਉਹਨੇ ਇੱਥੇ, ਉਹ ਮੈਂ ਉਹਦਾ ਪੜ੍ਹਿਆ, ਮੈਨੂੰ ਬੜਾ ਅੱਛਾ ਲੱਗਾ। ਉਹ ਕਹਿੰਦਾ ਕਿ ਮਤਲਬ ਵੀ ਅਸੀਂ ਕਹਿੰਦਾ ਵੀ ਬਾਹਰ ਜਾ ਰਹੇ ਸੀਗੇ, ਬਿਲਕੁਲ ਕੰਟਰੀ ਸਾਈਡ ਸੀਗਾ, ਉੱਥੇ ਟ੍ਰੈਫਿਕ ਲਾਈਟਾਂ ਆਈਆਂ, ਕਿਸੇ ਪਾਸਿਓਂ ਵੀ ਕੋਈ ਗੱਡੀ ਨਹੀਂ ਸੀ ਆ ਰਹੀ, ਅਤੇ ਉਹ ਪੰਜਾਬੀ ਭਰਾ ਨੇ ਜਿਹੜਾ ਡਰਾਈਵ ਕਰ ਰਿਹਾ ਸੀ, ਉਹਨੇ ਤਾਂ ਗੱਡੀ ਰੋਕੀ ਔਰ ਮਤਲਬ ਜਿਹਨਾਂ ਉਹਨਾਂ ਵੇਟ ਕੀਤੀ ਜਿਹਨਾਂ 'ਚ ਉਹਨੂੰ ਗ੍ਰੀਨ ਲਾਈਟ ਨਹੀਂ ਮਿਲੀ, ਕੋਈ ਗੱਡੀ ਨਹੀਂ ਸੀ ਆ ਰਹੀ। ਉਹ ਕਹਿੰਦਾ ਜੇ ਸਾਡੇ ਮੁਲਕ 'ਚ ਹੁੰਦਾ ਤਾਂ ਇਹਨਾਂ ਲੋਕਾਂ ਨੇ ਖੜਨਾ ਹੀ ਨਹੀਂ ਸੀਗਾ, ਇਹ ਤਾਂ ਖੜਦੇ ਹੀ ਨਹੀਂ ਉੱਥੇ, ਇਹ ਤਾਂ ਰੈੱਡ ਲਾਈਟ 'ਤੇ ਨਹੀਂ ਖੜਦੇ। ਸੋ ਉਹਦੇ ਕਹਿਣ ਉਹਨੇ ਫਿਰ ਗੱਲ ਕਹੀ, ਉਹ ਕਹਿੰਦੇ ਵੀ ਜਿਹੜੇ ਲੋਕ ਸਾਡੇ ਇਸ ਮੁਲਕ 'ਚ ਆਪ ਵਸੇ ਨੇ, ਉਹ ਮਤਲਬ ਘੱਟੋ ਘੱਟ 70-80% ਇੰਗਲਿਸ਼ ਮੈਨਰਸ ਨੂੰ, ਇੰਗਲਿਸ਼ ਲਾਅ ਨੂੰ ਉਹ ਅਪਣਾ ਚੁੱਕੇ ਆ, ਔਰ ਇਹ ਬਹੁਤ ਵੱਡੀ ਗੱਲ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਜਿਹੜੇ ਪੁਰਾਣੇ ਆਏ ਹਾਂ, ਸਾਡੇ ਬੱਚੇ ਜਿਹੜੇ ਆ ਉਹ ਇਸ ਮੁਲਕ ਜੰਮੇ ਪਲੇ ਆ, ਉਹ ਉਹਨਾਂ ਦੀ ਜਿਹੜੀ ਲੈਂਗੁਏਜ ਆ, ਮਦਰ ਟੰਗ ਜਿੱਦਾਂ ਕਹਿ ਸਕਦੇ ਹਾਂ, ਉਹ ਇੰਗਲਿਸ਼ ਆ, ਰਾਈਟ? ਉਹ ਬੋਲਦੇ ਇੰਗਲਿਸ਼ ਆ, ਉਹਨਾਂ ਦੀ ਐਟੀਕੇਟ ਸਭ ਕੁਛ ਇੰਗਲਿਸ਼। ਇਸੇ ਵਜ੍ਹਾ ਕਰਕੇ ਜਿਹੜੇ ਪੰਜਾਬ ਤੋਂ ਆਉਂਦੇ ਆ, ਬਦਕਿਸਮਤੀ ਕਰਕੇ ਡਾਕਟਰ ਸਾਹਿਬ, ਇਹਨਾਂ ਦੇ ਜਿਹੜੇ ਸਾਡੇ ਜਿਹੜੇ ਨਾ ਮਰਕਜ਼, ਸਾਡੇ ਗੁਰੂਕੁਲ ਜਿਹੜੇ ਸਾਡੇ ਜਿਹੜੇ ਇੰਸਟੀਟਿਊਸ਼ਨ ਆ, ਉਹਨਾਂ ਨੂੰ ਇਹਨਾਂ ਨੂੰ ਤਹਿਜ਼ੀਬ ਨਹੀਂ ਸਿਖਾਈ ਜਾਂਦੀ, ਮੈਨਰਸ ਨਹੀਂ ਸਿਖਾਏ ਜਾਂਦੇ। ਇਸ ਮੁਲਕ ਵਿੱਚ ਅਗਰ ਗੋਰੀ ਹੈ ਨਾ, ਉਹ ਬੱਚਾ ਜਾਂਦਾ, ਉਹ ਬੱਚਾ ਉਹਦਾ ਬਾਂਹ ਕਿਸੇ ਨੂੰ ਲੱਗ ਜਾਂਦੀ ਆ, ਤਾਂ ਉਹ ਬੱਚੇ ਨੂੰ ਕਹਿੰਦੀ ਹੈ ਸੇ ਸੌਰੀ, ਯੂਨੋ, ਸੇ ਥੈਂਕ ਯੂ। ਇਹ ਚੀਜ਼ਾਂ ਇਹ ਮਾਮੂਲੀ ਗੱਲ ਲੱਗਦੀਆਂ, ਪਰ ਇਹ ਬਹੁਤ ਵੱਡੀਆਂ ਗੱਲਾਂ ਹੈਗੀਆਂ ਕਿ ਤੁਹਾਡੇ ਮਾੜੀ ਜਿਹੀ ਗਲਤੀ ਹੋਈ ਤਾਂ ਤੁਸੀਂ ਸੌਰੀ ਕਿਹਾ,
ਅਗਰ ਤੁਹਾਨੂੰ ਕਿਸੇ ਨੇ ਤੁਹਾਡੇ ਵਾਸਤੇ ਕੁਛ ਕੀਤਾ ਤਾਂ ਉਹਨੂੰ ਥੈਂਕ ਯੂ ਯਾਰ। ਇਹ ਤੁਹਾਡੇ ਅਗਰ ਇਹ ਤੁਹਾਡੇ ਜ਼ਿੰਦਗੀ ਦਾ ਪਾਰਟ ਬਣ ਜਾਣੀ ਆ ਤਾਂ ਇਹ ਤੁਹਾਨੂੰ ਹਮੇਸ਼ਾ ਹੀ ਮਤਲਬ ਸਹੀ ਡਾਇਰੈਕਸ਼ਨ 'ਚ ਰੱਖਦੀਆਂ, ਅੱਛੇ ਰਿਸ਼ਤਿਆਂ 'ਚ ਰੱਖਦੀਆਂ, ਅੱਛੇ ਰਿਲੇਸ਼ਨਸ਼ਿਪ ਵਿੱਚ ਰੱਖਦੀਆਂ, ਔਰ ਮੁਲਕ ਦੇ ਵਿੱਚ ਤੁਸੀਂ ਇੱਕ ਸਿਵਲਾਈਜ਼ ਕਿਸਮ ਦੇ ਲੋਕ ਰਹਿ ਸਕਦੇ ਆ। ਮੈਂ ਇੱਥੇ ਆਇਆ, ਅਸੀਂ ਯਕਦਮ ਹੀ ਮਤਲਬ ਜਿਹਨੂੰ ਆਪਣੇ ਆਪ ਨੂੰ ਚੇਂਜ ਕੀਤਾ, ਸੋਚਿਆ ਉਹ ਹੋਣਾ ਵੀ ਪੈਂਦਾ ਸੀ, ਇੰਗਲਿਸ਼ ਲੋਕਾਂ ਨਾਲ ਅਸੀਂ ਕੰਮ ਕਰਦੇ ਸੀਗੇ, ਉੱਥੇ ਇੰਗਲਿਸ਼ ਬੋਲਣੀ ਪੈਂਦੀ ਸੀ। ਹੁਣ ਪ੍ਰੋਬਲਮ ਇਹ ਆ ਕਿ ਜਿਹੜੇ ਆਉਂਦੇ ਆ ਇਹ ਇੰਡੀਅਨ ਨਾਲ ਹੀ ਕੰਮ ਕਰਦੇ ਆ। ਮੇਰਾ ਭਤੀਜਾ ਪੁਰਤਗਾਲ ਤੋਂ ਆਇਆ, ਜੋ 5-6 ਸਾਲ ਦੀ ਗੱਲ ਹੈ, ਤਿੰਨ ਭਤੀਜੇ ਪੁਰਤਗਾਲ ਤੋਂ ਆਏ, ਉਹਦੀ ਮਾਂ ਵੀ ਇੱਥੇ ਰਹਿੰਦੇ ਆ। ਉਹ ਮੈਨੂੰ ਇੱਥੇ ਉਹਨਾਂ 'ਚੋਂ ਕਹਿੰਦਾ, ਕਹਿੰਦਾ ਚਾਚਾ, ਮੈਂ ਕਿਹਾ ਹਾਂ। ਉਹ ਕਹਿੰਦਾ, ਕਹਿੰਦਾ ਅਸੀਂ ਸੋਚਿਆ ਸੀ ਵੀ ਇੰਗਲੈਂਡ ਜਾ ਕੇ ਸਾਡੀ ਇੰਗਲਿਸ਼ ਵੱਧ ਜਾਊਗੀ, ਵਧੀਆ ਹੋ ਜਾਊਗੀ, ਹੈ ਅਸੀਂ ਇੰਗਲਿਸ਼ ਬੋਲਣ ਲੱਗ। ਉਹ ਤਾਂ ਕਹਿੰਦਾ ਜੇ ਜਿੱਥੇ ਕੰਮ ਕਰਦੇ ਹਾਂ ਉਹ ਵੀ ਪੰਜਾਬੀ ਆ, ਜੇ ਸ਼ੌਪ 'ਤੇ ਜਾਂਦੇ ਉਹ ਵੀ ਪੰਜਾਬੀ ਆ, ਬਾਕੀ ਜਿੱਥੇ ਮੰਦਰਾਂ ਮਸੀਤਾਂ ਗੁਰਦੁਆਰਾ ਉਹ ਵੀ ਪੰਜਾਬੀ ਬੋਲਦੇ, ਸਾਨੂੰ ਇੰਗਲਿਸ਼ ਕਿਤੇ। ਉਹ ਕਹਿੰਦਾ ਜਿਹੜੀ ਸਾਨੂੰ ਆਉਂਦੀ ਵੀ ਸੀ ਉਹ ਵੀ ਸਾਨੂੰ ਭੁੱਲ ਗਏ। ਸੋ ਆਹ ਹੈਗੀ ਸਿਚੁਏਸ਼ਨ ਕਿ ਮਤਲਬ ਜਿਸ ਮੁਲਕ 'ਤੇ, ਡਾਕਟਰ ਮੈਂ ਅੱਗੇ ਵੀ ਕਿਹਾ, ਜਿਸ ਮੁਲਕ ਵਿੱਚ ਆਉਣਾ ਤੁਸੀਂ ਉਸ ਮੁਲਕ ਦੀ ਤੁਹਾਨੂੰ ਜ਼ਬਾਨ ਜ਼ਰੂਰ ਆਉਣੀ ਚਾਹੀਦੀ ਆ, ਔਰ ਚੰਗੀ ਆਉਣੀ ਚਾਹੀਦੀ ਆ, ਤਾਂ ਕਿ ਤੁਸੀਂ ਉਸ ਮੁਲਕ ਦੀ ਪੋਲੀਟੀਕਲ, ਸੋਸ਼ਲ, ਕਲਚਰ, ਹਰ ਤਰ੍ਹਾਂ ਦੀ ਜ਼ਿੰਦਗੀ ਨੂੰ ਤੁਸੀਂ ਸਮਝ ਸਕੋ ਔਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਡੋਪਟ ਕਰਨ ਦੀ ਕੋਸ਼ਿਸ਼ ਕਰੋ ਅਗਰ ਤੁਸੀਂ ਇੱਥੇ ਰਹਿਣਾ। ਅਤੇ ਜੇ ਦਿੱਤੇ ਤਾਂ 4 ਦਿਨ ਕੱਟਣੇ ਆ, ਫਿਰ ਤੁਹਾਡੀ ਆਪਣੀ ਮਰਜ਼ੀ ਆ। ਉਹ ਡਾਕਟਰ ਸਾਹਿਬ, ਇਸ ਕਰਕੇ ਇੱਥੇ ਹੁਣ ਇੱਥੇ ਕੋਈ ਜਾਣ ਵਾਸਤੇ ਕੋਈ ਨਹੀਂ ਆਉਂਦਾ, ਇੱਥੇ ਰਹਿਣ ਵਾਸਤੇ ਆਉਂਦੇ ਆ। ਅਗਰ ਤੁਸੀਂ ਆ ਕੇ ਅੱਛੇ ਮੈਨਰਸ ਨਹੀਂ ਸਿੱਖੋ ਤਾਂ ਅੱਛੀ ਤਹਿਜ਼ੀਬ ਨਹੀਂ, ਫਿਰ ਤੁਸੀਂ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਸੀ। ਤੁਸੀਂ ਆਪਣਾ ਵੀ ਕੰਮ, ਆਪਣਾ ਵੀ ਮਤਲਬ ਤੁਸੀਂ ਵਾਤਾਵਰਨ ਖਰਾਬ ਕਰਦੇ ਆ ਔਰ ਦੂਸਰਿਆਂ ਦੇ ਵੀ ਕਰਦੇ ਆ। ਡਾਕਟਰ ਸਾਹਿਬ, ਅਸਲ 'ਚ ਜੇ ਸੱਚ ਪੁੱਛਣਾ, ਮੈਂ ਇਹਨਾਂ ਦੇ ਖਿਲਾਫ਼ ਨਹੀਂ ਗਾ, ਮੈਂ ਕਹਿੰਦਾ ਚਲੋ ਇੱਥੇ ਆਏ ਆ, ਪਰ ਇਹਨਾਂ ਦੇ ਜਿਹੜੇ ਮੈਨਰਸ ਆ ਉਹ ਨਾ ਮੇਰੇ ਬੱਚਿਆਂ ਨੂੰ ਪਸੰਦ ਆ, ਨਾ ਮੇਰੇ ਘਰ ਵਾਲੇ ਨੂੰ ਪਸੰਦ ਆ, ਨਾ ਮੈਨੂੰ ਪਸੰਦ ਆ। ਅਸੀਂ ਇਹਨਾਂ ਨੂੰ ਨਫ਼ਰਤ ਨਹੀਂ ਮੈਂ ਕਰਦਾ, ਪਰ ਇਹਨਾਂ ਦੇ ਨਾਲ ਮੈਂ ਸੋਸ਼ਲਾਈਜ਼ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਨੇ ਉਹ ਹੀ ਗੱਲਾਂ ਕਰਨੀਆਂ, ਭੈਣ ਦੀ, ਮਾਂ ਦੀ, ਅਤੇ ਆਹ ਗਾਲਾਂ ਹੀ ਕੱਢੀ ਜਾਣੀਆਂ। ਡਾਕਟਰ ਜਿੱਥੇ ਤੁਸੀਂ ਚੱਲ ਜਾਓ, ਪੱਬਾਂ ਚੱਲ ਜਾਓ, ਉੱਥੇ ਮਤਲਬ ਜਿਹਨੂੰ ਆਹ ਹੀ ਕੰਮ ਚੱਲਦਾ। ਤੁਸੀਂ ਮਤਲਬ ਆਪਣੇ ਮੁਲਕ ਦੇ ਵਿੱਚ ਤੁਹਾਨੂੰ ਆਪਣੇ ਲੋਕਾਂ ਤੋਂ ਮੈਂ ਕਹਿੰਦਾ ਮੈਂ ਨਫ਼ਰਤ ਕਰਦਾ, ਪਰ ਤੁਹਾਡਾ ਤੁਸੀਂ ਕੰਫਰਟੇਬਲ ਨਹੀਂ ਮਹਿਸੂਸ ਕਰਦੇ, ਇਟ ਇਜ਼ ਵੈਰੀ ਸੈਡ ਟਾਈਮ। ਥੈਂਕ ਯੂ ਵੈਰੀ ਮਚ ਡਾਕਟਰ, ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ ਸੁਮਨ ਜੀ। ਅਸੀਂ ਕਾਂਸ਼ੀ ਟੀਵੀ 'ਤੇ ਗੱਲਬਾਤ ਕਰਦੇ, ਸਧਾਰਨ ਤੌਰ 'ਤੇ ਵੀ ਜਿੰਨੀ ਵੀ ਸਾਡਾ ਸਟਾਫ ਹੈਗਾ, ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਜਿਹੜਾ ਅਸੀਂ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਉਹ ਮੁਹੱਬਤ ਦੇ ਜ਼ਰੀਏ ਆ, ਕਮਿਊਨਿਟੀ ਕਰਕੇ ਆਪ ਅਸੀਂ ਜਿਹੜੀ ਗੱਲਬਾਤ ਆਪਸ ਵਿੱਚ ਹੈਗੀ ਹੈ, ਕਮਿਊਨੀਕੇਟ ਜਿਹੜਾ ਕਰਨਾ ਆਪਸ ਵਿੱਚ, ਜਿੱਥੇ ਗਲਤ ਆ ਉਹਨੂੰ ਗਲਤ ਕਹਿ ਕੇ ਉਹਨੂੰ ਦਰੁਸਤ ਕਰਨਾ, ਇਹ ਸਾਡਾ ਏਮ ਆ। ਸਾਡੇ ਪ੍ਰੋਗਰਾਮ ਕਰਨ ਦਾ ਮਤਲਬ ਇਹ ਹੁੰਦਾ ਕਿ ਕਿਸੇ ਤਰ੍ਹਾਂ ਸਾਡਾ ਸਹੀ ਮੈਸੇਜ ਲੋਕਾਂ ਤੱਕ ਪਹੁੰਚ ਜਾਵੇ। ਡਾਕਟਰ ਸਾਹਿਬ ਨੂੰ ਮੈਂ ਬੁਲਾਉਣ ਤੋਂ ਪਹਿਲਾਂ ਇੱਕ ਵਾਰ ਫਿਰ ਮੈਂ ਰਿਮਾਇੰਡ ਕਰਦਿਆਂ ਕਿ ਤੁਸੀਂ ਦੇਖ ਰਹੇ ਹੋ ਕੰਸ਼ੀ ਟੀ ਵੀ ਸਕਾਈ 772 'ਤੇ ਸਾਂਝਾ ਵਿਚਾਰਾਂ। ਇਹ ਸਕਾਈ ਦਾ ਨੰਬਰ ਜਿਹੜਾ ਅੱਜ 772 ਆ, ਸੋਮਵਾਰ ਨੂੰ ਮੰਡੇ 22 ਜੁਲਾਈ ਨੂੰ ਇਹ ਨੰਬਰ ਬਦਲ ਕੇ 765 ਹੋ ਜਾਏਗਾ, ਸਕਾਈ 765, ਨੋਟ ਕਰ ਲਓ ਪਲੀਜ਼। ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲਾਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਵੀ ਜਾਣਦੇ ਆ, ਅਤੇ ਮੇਰੇ ਕੋਲ ਕਾਲ ਲੈ ਲਈਏ ਪਹਿਲਾਂ। ਹੈਲੋ ਜੀ, ਸਵਾਗਤ ਹੈ, ਕੌਣ ਕਿੱਥੋਂ ਬੋਲਦੀ? ਵੈਲਕਮ ਤੁਹਾਡਾ। ਹੈਲੋ ਮਹੇਸ਼ ਸਾਹਿਬ, ਡਾਕਟਰ ਸਾਹਿਬ ਤੁਹਾਨੂੰ। ਹਾਂਜੀ ਭੂਗਲ ਸਾਹਿਬ। ਹਾਂਜੀ ਭੂਗਲ ਸਾਹਿਬ ਜੀ, ਦਰਸ਼ਕਾਂ ਨੂੰ, ਪੀਟਰਵਰ ਤੋਂ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਹੁਤਾ ਸਮਾਂ ਨਹੀਂ ਲੈਣਾ, ਕਿਉਂ ਸਮਾਂ ਆਪਣੇ ਕੋਲ ਬੜਾ
ਸੀਮਤ ਹੁੰਦਾ ਤੁਹਾਨੂੰ ਵੀ ਪਤਾ, ਤੁਸੀਂ ਦੋਨੋਂ ਸੂਝਵਾਨ ਸੱਜਣ ਹੋ, ਕਾਲਰ ਵੀ ਆਉਂਦੇ ਨੇ ਬੜੇ ਸੂਝਵਾਨ ਸੱਜਣ ਨੇ, ਆ ਹੁਣ ਜਿਹੜੇ ਗੱਲ ਕਰਕੇ ਗਏ ਨੇ ਤੇ ਮੈਨੂੰ ਗੱਲ ਚੇਤੇ ਆ ਗਏ, ਮੈਂ ਤਾਂ ਟੈਲੀਫੋਨ ਘੁਮਾਇਆ। ਹਾਂਜੀ ਵੈਲਕਮ ਤੁਹਾਡਾ। ਅਸੀਂ ਸਾਡਾ ਇਹਨਾਂ ਦੇ ਵੀ ਇਹਨਾਂ 'ਚ ਅੰਗਰੇਜ਼ ਇਹਨਾਂ ਲੋਕਾਂ 'ਚ ਸਾਡੇ 'ਚ ਜ਼ਮੀਨ ਸਮਾਨ ਦਾ ਫਰਕ ਵਾ ਜੀ। ਜ਼ਮੀਨ ਜੇ ਨਾ ਫਰਕ ਹੁੰਦਾ ਤਾਂ ਅਸੀਂ ਕਿਉਂ ਗੁਲਾਮ ਰਹਿੰਦੇ ਤੇ ਇਹ ਕਿਉਂ ਸਾਡੇ 'ਤੇ ਰਾਜ ਕਰਦੇ? ਕੋਮਨ ਸੈਂਸ ਦੀ ਗੱਲ ਹੋਏ ਤਾਂ ਸੋਚਣ ਦੀ ਗੱਲ ਹੋਣਾ ਜੀ। ਮੈਂ ਜਿਹੜੀ ਅਸਲੀ ਗੱਲ ਦੱਸਣੀ ਸੀਗੀ, ਜਿਵੇਂ ਭਾਈ ਸਾਹਿਬ ਸੰਮਤ ਸਾਹਿਬ ਕਹਿ ਕੇ ਗਏ ਨੇ, ਸੱਚੀ ਗੱਲ ਆ, ਪਤਾ ਨਹੀਂ ਕੀ ਅਸੀਂ ਸਾਡਾ ਕਿਰਦਾਰ ਨੂੰ ਕੀ ਹੋ ਗਿਆ, ਸਾਡੀ ਸੋਚ ਨੂੰ ਕੀ ਹੋ ਗਿਆ। ਮੈਂ ਐਗਜ਼ਾਮਪਲ ਦੇਣ ਲੱਗਾ ਕੀ ਹੋਇਆ ਜੀ, ਇੱਥੇ ਉਹ 10-12 ਸਾਲ ਦੀ ਗੱਲ ਆ, ਬੱਸ ਦੇ ਵਿੱਚ ਇੰਡੀਆ ਤੋਂ ਦੋ ਮੁੰਡੇ ਆਏ, ਉਹ ਬੱਸ ਵਿੱਚ ਚੜ੍ਹੇ ਤੇ ਇੱਕ ਨੇ ਟਿਕਟ ਕਟਾ ਕੇ ਪਿੱਛੇ ਆ ਕੇ ਬਹਿ ਗਿਆ, ਅਤੇ ਦੂ ਆਇਆ ਤਾਂ ਉਹ ਦੇਖੇ ਮੈਂ ਜਾ ਕੇ ਹਜੇ ਬੈਠਣਾ, ਤੇ ਜਿਹੜੇ ਪਿੱਛੇ ਜਾ ਕੇ ਪਹਿਲਾਂ ਬਹਿ ਗਿਆ ਸੀ ਉਹ ਕਹਿੰਦਾ, ਉਹ ਗੁੱਡੂ ਉਹ ਗੁੱਡੂ, ਮੈਂ ਤਾਂ ਕਹਿੰਦਾ ਪਿੱਛੇ ਬਹਿ ਕੇ ਆ ਜਾ ਇੱਥੇ। ਇੰਨੀ ਜਿੱਦਾਂ ਇੰਡੀਆ ਦੇ ਵਿੱਚ ਕਰਦੇ ਸੀ ਤੇ ਸਾਰਾ ਜਿਹੜਾ ਬੱਸ ਭਰੀ ਪਈ ਸੀ, ਸਾਰੇ ਦੇਖਣ ਲੱਗ ਪਿਆ ਵੀ ਇਹਨਾਂ ਨੂੰ ਇਹਨਾਂ ਕੋਲ ਕੁਛ ਹੋਇਆ, ਪਤਾ ਨਹੀਂ ਬਿਮਾਰੀ ਬਿਮਾਰੀ ਆ ਜਾਂ ਕਿੱਦਾਂ। ਆਹ ਹਾਲ ਵਾ, ਆਹ ਸੋਚ ਵਾ ਲੋਕਾਂ ਦੀ। ਹੁਣ ਉਹ ਮੈਂ ਸੋਚਿਆ ਵੀ ਜਿਹੜੇ ਮੁੰਡੇ ਇੰਡੀਆ ਤੋਂ ਆਏ ਹੋਗੇ, ਕੋ 8-10 ਮਿੰਟਾਂ ਤਾਂ ਪੜ੍ਹੇ ਹੋਣਗੇ ਨਾ, ਉਹ ਗੁੱਡੂ ਉਹ ਗੁੱਡੂ, ਸਾਰੇ ਚੁੱਪ ਕਰਕੇ ਬੈਠੇ ਸੀਗੇ ਗੋਰੇ ਸਾਰੇ। ਕਿਸੇ ਦੇ ਹੱਥ ਵਿੱਚ ਕੋਈ ਸੀਗਾ ਕਿ ਕੋ ਅਖਬਾਰ ਪੜ੍ਹਦਾ ਸੀਗਾ, ਕੋ ਪੇਪਰ ਪੜ੍ਹ। ਮੈਂ ਮਹੇਸ਼ ਸਾਹਿਬ, ਮੈਂ ਉਸ ਬੱਚੇ ਉੱਠਿਆ, ਮੈਂ ਹੈਰਾਨ ਹੋ ਗਿਆ ਕਿ ਸੱਚੇ ਪਾਤਸ਼ਾਹ ਮਿਹਰ ਕਰੀ, ਇਹਨਾਂ ਨੂੰ ਯਾਰ ਸਮਤ ਬਖਸ਼ੋ। ਆ ਦੋ ਮੁੰਡੇ ਅੱਜ ਇੰਡੀਆ ਤੋਂ ਆਉਣ ਦੀ ਤੁਸੀਂ ਗੱਲ ਕਰਦੇ ਆ, ਮੈਂ ਅੱਖੀ ਕੰਨੀ ਸੁਣਿਆ ਅਤੇ ਅੱਖੀ ਦੇਖਿਆ ਇਹ। ਭੋਲ ਸਾਹਿਬ, ਥੈਂਕ ਯੂ ਵੈਰੀ ਮਚ ਭੋਲ ਜੀ, ਬਹੁਤ ਧੰਨਵਾਦ। ਨਹੀਂ ਕਰੋ, ਤੁਸੀਂ ਲਿਆਇਆ ਕਰੋ ਸਗੋਂ, ਤਾਂ ਕਿ ਲੋਕਾਂ ਨੂੰ ਕੁਛ ਜਾਣਕਾਰੀ ਮਿਲੇ, ਥੋੜ੍ਹੀ ਜਿਹੀ ਕੋਈ ਸੋਚ ਬਦਲੇ ਸਾਡੇ ਲੋਕਾਂ ਦੀ, ਇੱਦਾਂ ਦੇ ਪ੍ਰੋਗਰਾਮ ਲੈ ਕੇ ਆਇਆ ਕਰੋ, ਸ਼ਾਬਾਸ਼ ਦੇ ਹੱਕਦਾਰ। ਬਹੁਤ ਬਹੁਤ ਧੰਨਵਾਦ ਤੁਹਾਡਾ ਭੋਗ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਭੋਗ ਸਾਹਿਬ ਦੀ ਗੱਲ ਦੇ ਨਾਲ ਮੈਂ ਜ਼ਿਕਰ ਕਰਦੇ ਹਾਂ, ਸੋਰੀ ਡਾਕਟਰ ਸਾਹਿਬ। ਨਹੀਂ ਕੋਈ ਕਰੋ ਗੱਲ ਤੁਸੀਂ। ਹਾਂਜੀ, ਬੱਸ ਵਿੱਚ ਬਹਿੰਦੇ ਆ, ਇੱਕ ਤਾਂ ਉਹਨੀ ਕੈਂਚੀ ਚੱਪਾਂ ਪਾਈਆਂ ਹੁੰਦੀਆਂ, ਉਹ ਪਿਛਲੀ ਸੀਟ 'ਤੇ ਜਾ ਕੇ ਲੱਤਾਂ ਤਾਂ ਚੱਕ ਕੇ ਦੂਜੀ ਸੀਟ 'ਤੇ ਪੈਰ ਰੱਖਣਗੇ, ਉਹ ਜਿਹੜੇ ਇੱਕ ਪੁਰਾਣੇ ਬੰਦੇ ਨਹੀਂ ਰੱਖਣਗੇ। ਦੂਸਰੀ ਗੱਲ ਉਹ ਟੈਲੀਫੋਨ, ਫਿਰ ਟੈਲੀਫੋਨ 'ਤੇ ਗਾਲਾਂ ਇੱਦਾਂ ਦੀਆਂ ਕੱਢਦੇ ਆ ਉਹ, ਦੇਖੋ ਬੱਸਾਂ ਦੇ ਵਿੱਚ ਸਾਡੀਆਂ ਭੈਣਾਂ ਬੀਬੀਆਂ ਵੀ ਬੈਠੀਆਂ ਹੁੰਦੀਆਂ, ਉਹਨਾਂ ਨੂੰ ਬਿਲਕੁਲ ਗੁਰੇਜ਼ ਨਹੀਂ ਵੀ ਮੈਨੂੰ ਕੌਣ ਸੋਹਰਿਆ, ਜਿਹੜੇ ਇੰਨੀ ਉੱਚੀ ਉੱਚੀ ਗਾਲਾਂ ਕੱਢਣਗੇ, ਉਹ ਤੁਹਾਨੂੰ ਸੁਣ ਕੇ ਸ਼ਰਮ ਆਉਂਦੀ ਹੈ। ਅਸੀਂ ਇੱਥੇ ਆਏ ਹਾਂ, ਇਹ ਮੁਲਕ ਜਿਹੜਾ ਹੈਗਾ ਹੋਰ ਤੁਹਾਨੂੰ ਮੁਲਕ ਹੈ, ਇੱਥੇ ਦੇ ਕਾਇਦੇ ਕਾਨੂੰਨ, ਇੱਥੇ ਦੇ ਰਸਮ ਰਿਵਾਜ਼ ਨੂੰ ਸਮਝੋ, ਕਿੱਦਾਂ ਲੋਕ ਜਿਹੜੇ ਇੱਥੇ ਦੇ ਉਹ ਕਿੰਨਾ ਕੁਆਇਟਲੀ ਇੱਕ ਦੋ ਨਾਲ ਗੱਲ ਕਰਦੇ ਆ, ਤੁਹਾਨੂੰ ਪਤਾ ਹੀ ਲੱਗਦਾ ਕੀ ਕਹਿ ਰਿਹਾ ਜੀ। ਦੋ ਅੰਗਰੇਜ਼ ਆਪਸ ਵਿੱਚ ਗੱਲਾਂ ਕਰਦੇ ਹੋਣ, ਤੁਸੀਂ ਸੁਣ ਵੀ ਨਹੀਂ ਸਕਦੇ ਉਹਨਾਂ ਨੂੰ। ਸਾਨੂੰ ਕੁਛ ਤਾਂ ਖਿਆਲ ਕਰਨਾ ਚਾਹੀਦਾ ਮੁਲਕ ਦਾ, ਇੱਥੋਂ ਸਿੱਖ ਕੇ ਅਸੀਂ ਪੰਜਾਬ ਨੂੰ ਵਧੀਆ ਬਣਾਉਣਾ ਸੀ, ਅਸੀਂ ਇਹਨੂੰ ਵੀ ਖਰਾਬ ਕਰਤਾ, ਪੰਜਾਬ ਤਾਂ ਹੋਈ ਗਿਆ। ਹਾਂ ਡਾਕਟਰ ਸਾਹਿਬ, ਹਾਂ ਬਿਲਕੁਲ ਇਹ ਗੱਲ ਹੀ ਹੈ, ਜਿਹੜਾ ਉਸ ਜਿਸ ਜਿਹੜਾ ਅਸੀਂ ਪੰਜਾਬ ਨੂੰ ਵਧੀਆ ਬਣਾਉਣਾ ਸੀ ਸਮਾਂ ਤੋਂ, ਉੱਥੇ ਵਾਲਾ ਜਿਹੜਾ ਕੂੜਾ ਕਰਕਟ ਸੀ ਉਹ ਸਾਰਾ ਇੱਥੇ ਚੱਕ ਕੇ ਲੈਣ ਦਾ, ਅਤੇ ਉਹ ਅਸੀਂ ਇੱਥੇ ਪ੍ਰਮੋਟ ਕਰਨ ਲੱਗੇ ਹੈਗੇ ਹਾਂ। ਇਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵੀ ਜਿਸ ਤਰ੍ਹਾਂ ਗੱਲ ਆਪਾਂ ਕੀਤੀ ਹੈਗੀ ਆ, ਸ਼ੂਜ਼ ਵੀ ਉੱਦਾਂ ਦੇ ਯਾਨੀ ਕਿਹੜਾ ਹੈਗਾ, ਚੱਪਲਾਂ ਪਾ ਕੇ ਤੁਰੇ ਫਿਰਦੇ ਹੈ, ਅਤੇ ਫਿਰ ਕੱਪੜੇ ਵੀ ਯਾਨੀ ਕਿ ਉਹ ਜਾਏ, ਅਤੇ ਫਿਰ ਯਾਨੀ ਕਿ ਜੇ ਉਹ ਖਾਂਦੇ ਪੀਂਦੇ ਹੈਗੇ ਤਾਂ ਉਹ ਵੀ ਆਪਣੇ ਹਿਸਾਬ ਨਾਲ ਹੀ ਜਿਹੜਾ ਹੈਗਾ, ਪਤਾ ਨਹੀਂ ਲੈ ਵੀ ਕਿੱਦਾਂ ਮੈਂ ਕੀ ਖਾਣਾ ਹੈਗਾ, ਸਭ ਕੁਛ ਹੀ ਲਿਬੜਿਆ ਫਿਰਦਾ ਹੈਗਾ, ਜਾਂ ਕਿ ਜਾਂ
ਜਿਹੜੇ ਰੈਪਰ ਹੈਗੇ ਆ ਜਾਂ ਜੇ ਤੁਸੀਂ ਕੋਈ ਚੀਜ਼ ਕਿਤੋਂ ਲਈ ਹੈਗੀ ਤਾਂ ਉਹ ਵੀ ਚੱਕ ਕੇ ਬਾਹਰ ਮਾਰਨੀ, ਜਾਂ ਕਿ ਜਾਂ ਕੋਈ ਡਰਿੰਕ ਹੈਗਾ ਉਹ ਵੀ ਜਿਹੜਾ ਹੈਗਾ ਪੀ ਕੇ ਤਾਂ ਉਹਨੂੰ ਜਿਹੜਾ ਟਿਨ ਹੈਗਾ ਡੱਬੇ ਡੱਬੇ ਸੜ ਦੇਣੇ, ਅਤੇ ਉਹ ਫਿਰ ਮੇਰੇ ਵਰਗਿਆਂ ਨੂੰ ਸੈਟਰਡੇ ਨੂੰ ਚੱਕਣੇ ਪੈਂਦੇ ਹੈਗੇ। ਯਾਨੀ ਕਿ ਮੇਰਾ ਮਤਲਬ ਕਹਿਣ ਦਾ ਇਹਦੇ ਨਾਲ ਗੋਰੇ ਲੋਕ ਤੁਹਾਨੂੰ ਕਹਿੰਦੇ ਕੁਛ ਨਹੀਂ, ਪੜ੍ਹਦੇ ਅਬਜ਼ਰਵ, ਅਤੇ ਜਿਹੜੇ ਬੰਦੇ ਅਸੀਂ ਬਹੁਤ ਪੁਰਾਣੇ ਅੱਧੀ ਸਦੀ ਸਾਨੂੰ ਇੱਥੇ ਰਹਿੰਦਿਆਂ ਹੋ ਗਈ ਆ ਉਦੋਂ ਵੀ ਜ਼ਿਆਦਾ, ਅਤੇ ਅਸੀਂ ਵੀ ਫਿਰ ਅਬਜ਼ਰਵ ਕਰਦੇ ਹਾਂ ਵੀ ਇਹ ਬੰਦੇ ਇਹ ਕਿਹੜੇ ਮੁਲਕ 'ਚੋਂ ਆਏ ਹੈਗੇ ਆ, ਕਿੱਦਾਂ ਬਿਹੇਵ ਕਰਦੇ ਹੈਗੇ, ਅਨਸਿਵਲਾਈਜ਼ ਲੋਕ ਕਿੱਥੋਂ ਆ ਗਿਆ ਇਹ। ਉਹਦੇ ਨਾਲ ਸਾਡੇ 'ਤੇ ਬਹੁਤ ਭੈੜਾ ਅਸਰ ਪੈਂਦਾ ਹੈਗਾ, ਕਿਉਂਕਿ ਜਿਹੜੇ ਗੋਰੇ ਲੋਕ ਹੈਗੇ ਉਹ ਸਾਨੂੰ ਵੀ ਉਹਨਾਂ ਦੇ ਨਾਲ ਆਇਡੈਂਟੀਫਾਈ ਕਰ ਦਿੰਦਾ ਵੀ ਇਹਨਾਂ ਦੇ ਬੰਦੇ ਆ, ਇਹਨਾਂ ਦੇ ਭੈਣ ਭਾਈ ਆ, ਇਹਨਾਂ ਦੇ ਯਾਨੀ ਕਿ ਚਾਚੇ ਜਿਹੜੇ ਹੈਗੇ ਆ, ਭਤੀਜੇ ਹੈਗੇ ਆ, ਯਾਨੀ ਕਿ ਜਾਂ ਇਹਨਾਂ ਦੇ ਕੋਈ ਹੋਰ ਗਾ ਰਿਸ਼ਤੇਦਾਰ ਹੈਗੇ ਆ। ਸੋ ਇਸ ਕਰਕੇ ਇੱਕ ਤਾਂ ਇਹ ਮੈਨਰਸ ਦੀ ਯਾਨੀ ਕਿਹੜੀ ਗੱਲ ਹੈਗੀ, ਦੂਸਰਾ ਯਾਨੀ ਕਿਹੜਾ ਬੋਲ ਬਾਣੀ ਟੈਲੀਫੋਨਾਂ 'ਤੇ ਉੱਚੀ ਉੱਚੀ ਜਿਹੜਾ ਜਾਂ ਗਾਣੇ ਲਾਉਣੇ, ਯਾਨੀ ਕਿ ਜਾਂ ਉੱਚੀ ਉੱਚੀ ਗਾਣਾ ਕੱਢਣੀਆਂ ਬੋਲਣਾ, ਉਹਦਾ ਯਾਨੀ ਕਿ ਜਿਹੜਾ ਇੰਪਰੈਸ਼ਨ ਹੈ ਬਹੁਤ ਬੈਡ ਪੈਂਦਾ। ਤੀਸਰਾ ਯਾਨੀ ਕਿਹੜਾ ਹੈਗਾ ਥਾਂ ਥਾਂ 'ਤੇ ਇੰਡੀਆ ਅੰਗਰੇਜ਼ ਯਾਨੀ ਕਿ ਥੁੱਕਣਾ, ਅਤੇ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਮੈਨਰਸ ਦੀਆਂ, ਪਲੱਸ ਯਾਨੀ ਕਿਹੜਾ ਕ੍ਰਾਈਮ ਹੈਗਾ ਇੱਕ ਦਿਨ ਵਿੱਚ, ਜਿਹੜੀ ਪਹਿਲਾਂ ਅਸੀਂ ਗੱਲ ਅਸੀਂ ਕੀਤੀ ਸੀ ਵੀ ਜਿਹੜਾ ਈਗੋ ਦਾ ਚੱਕਰ ਹੈਗਾ, ਜੇ ਤੁਸੀਂ 25-30 ਲੱਖ ਰੁਪਈਆ ਲਾ ਕੇ ਆਏ ਆ ਤਾਂ ਸਾਡੇ 'ਤੇ ਕਿਸੇ ਦਾ ਅਹਿਸਾਨ ਨਹੀਂ ਕੀਤਾ ਵੀ ਯੂ ਕਾਂਟ ਹੈਵ ਦੈਟ ਇਨ ਡੇ। ਇੱਥੇ ਦੇ ਯਾਨੀ ਕਿਹੜੇ ਕੈਦੇ ਕਾਨੂੰਨ ਆ ਤੁਹਾਨੂੰ ਉਹ ਮੰਨਣੇ ਚਾਹੀਦੇ ਆ, ਜੇ ਯਾਨੀ ਕਿ ਤੁਹਾਨੂੰ ਕੈਦੇ ਕਾਨੂੰਨ ਇੱਥੇ ਨਹੀਂ ਚੰਗੇ ਲੱਗਦੇ ਤਾਂ ਨਾ ਇੱਥੇ ਆਓ, ਵਾਪਸ ਚਲ ਜਾਓ। ਜਿਹਨਾਂ ਨੂੰ ਪਿੰਡ ਦੀਆਂ ਗਲੀਆਂ ਬਹੁਤ ਚੇਤੇ ਆਉਂਦੀਆਂ, ਤੁਹਾਨੂੰ ਕਿਸੇ ਨੇ ਇੱਥੇ ਸੱਦਾ ਨਹੀਂ ਸੀ, ਪੱਤਰ ਭੇਜਿਆ ਲੈ, ਤੁਸੀਂ ਇੱਥੇ ਆ ਜਾਓ। ਇਸ ਕਰਕੇ ਯਾਨੀ ਕਿ ਜਿਹੜੇ ਕੈਦੇ ਕਾਨੂੰਨ ਹੈਗੇ ਆ, ਜੇ ਤੁਸੀਂ ਲਿਵਿੰਗ ਅੰਡਰ ਸਮ ਰੂਫ ਯੂ ਵਿਲ ਹੈਵ ਟੂ ਫੋਲੋ ਦ ਰੂਲਸ ਐਂਡ ਰੈਗੂਲੇਸ਼ਨ ਆਫ ਦੈਟ ਪਰਸਨ। ਇੱਦਾਂ ਹੀ ਯਾਨੀ ਕਿ ਇਸ ਮੁਲਕ ਦੇ ਵੀ ਕੈਦੇ ਕਾਨੂੰਨ ਹੈ, ਜੇ ਤੁਸੀਂ ਕੋਈ ਕ੍ਰਾਈਮ ਕਰਦੇ ਹੈਗੇ ਆ, ਬੈਂਕਾਂ ਵਿੱਚ ਹੇਰਾਫੇਰੀਆਂ ਕਰਨੀਆਂ, ਯਾਨੀ ਕਿ ਜਾਂ ਜਿਹੜੇ ਹੈਗੇ ਬੱਸਾਂ ਵਿੱਚ ਹੇਰਾਫੇਰੀਆਂ ਕਰਨੀਆਂ, ਇੱਥੇ ਮੈਨੂੰ ਯਾਦ ਹੈਗਾ ਕੁਛ ਯਾਨੀ ਕਿ ਲੋਕਾਂ ਨੇ ਇੰਨੇ ਪੈਸੇ ਯਾਨੀ ਕਿ ਉਹ ਬੈਂਕਾਂ ਤੋਂ ਲੈ ਲਿਆ ਵੀ, ਕਿਉਂਕਿ ਕ੍ਰੈਡਿਟ ਯਾਨੀ ਕਿ ਮਿਲ ਜਾਂਦਾ ਸੀ ਉਸ ਟਾਈਮ 'ਤੇ, ਦੇ ਦਿੰਦੇ ਸੀਗੇ ਉਹ ਬੈਂਕ ਵਾਲੇ ਵੀ ਹਾਂ ਠੀਕ ਹੀ ਹੈਗਾ, ਉਹ ਚਿੱਠੀਆਂ ਫਿਰ ਬਾਅਦ ਵਿੱਚ ਉੱਥੇ ਹੁੰਦੇ ਰਹਿੰਦੀਆਂ ਜਿੱਥੇ ਯਾਨੀ ਕਿ ਤੁਸੀਂ ਰਹਿੰਦੇ ਰਹੇ ਹੈਗੇ ਆ। ਇਹੋ ਜਿਹੀਆਂ ਜਿਹੜੀਆਂ ਹੇਰਾਫੇਰੀਆਂ ਕਈ ਤਰ੍ਹਾਂ ਦੀਆਂ ਕਰਨੀਆਂ, ਯਾਨੀ ਗੈਸ ਦਾ ਬਿੱਲ ਨਹੀਂ ਦੇਣਾ ਜੇ ਤੁਸੀਂ ਕਿਸੇ ਨੂੰ ਰੱਖ ਲਿਆ ਹੈਗਾ, ਜਾਂ ਇਲੈਕਟ੍ਰਿਕ ਦਾ ਬਿੱਲ ਨਹੀਂ ਦੇਣਾ ਹੈਗਾ, ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਚੁਸਤੀਆਂ ਕਰਨੀਆਂ ਤਾਂ ਫਿਰ ਕਹਿਣਾ ਲੈ ਵੀ ਸਾਨੂੰ ਮੈਨੂੰ ਇੱਥੇ ਕੰਮ ਨਹੀਂ ਮਿਲਦਾ ਹੈਗਾ, ਯਾਨੀ ਕਿ ਜਾਂ ਆਹ ਸਾਡਾ ਬਿਹੇਵੀਅਰ ਹੋਏਗਾ। ਹੈਲੋ ਜੀ, ਸਵਾਗਤ ਹੈ ਅਕਾਊਂਟ ਕਿੱਥੋਂ, ਵੈਲਕਮ ਤੁਹਾਡਾ ਬਹੁਤ ਬਹੁਤ। ਹੈਲੋ ਜੀ ਡਾਕਟਰ ਸਾਹਿਬ, ਧਰਮਜੀਤ ਮਹਿਸੂਲ। ਹਾਂ ਜੀ ਦਸਾਂਝ ਸਾਹਿਬ, ਥੈਂਕ ਯੂ। ਹਾਂ ਕਾਮਰੇਡ ਦਸਾਂਝ, ਥੈਂਕ ਯੂ, ਵੈਰੀ ਕਾਇੰਡ ਆਫ ਯੂ। ਹਾਂ ਜੀ, ਲਾਈਕ ਦਾ ਗੁੱਡ ਸਰ। ਨਹੀਂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਮੈਨੂੰ ਲੱਗਦਾ ਮੈਂ ਹੁਣੇ ਤੁਹਾਡਾ ਜੁਆਇਨ ਕੀਤਾ ਹੈਗਾ, ਤੁਸੀਂ ਜਿਹੜੇ ਨਵੇਂ ਆਪਣੇ ਬੰਦੇ ਆ ਉਹਨਾਂ ਦੇ ਬਾਰੇ ਕੁਝ ਗੱਲਾਂ। ਬਿਲਕੁਲ ਬਿਲਕੁਲ ਬਿਲਕੁਲ, ਯੂ ਆਰ ਰਾਈਟ, ਯੈਸ ਯੈਸ। ਉਦੋਂ ਮੈਨੂੰ ਤਾਂ 62 ਸਾਲ ਆਏ ਨੂੰ ਹੋ ਗਏ ਆ, ਪਰ ਮੈਨੂੰ ਸਭ ਕੁਝ ਚੇਤਾ ਹੈਗਾ, ਜੋ ਕੁਝ ਅਸੀਂ ਕਰਦੇ ਸੀ ਤੇ ਜੋ ਕੁਝ ਸਾਡੇ ਨਾਲ ਹੁੰਦਾ ਸੀ। ਮੈਂ ਇੱਕ ਕਈ ਦਫ਼ਾ ਹਾਸਾ ਵੀ ਆ ਜਾਂਦਾ ਤੇ ਕਈ ਦਫ਼ਾ ਥੋੜ੍ਹਾ ਸੈਡ ਵੀ ਫੀਲ ਕਰੀਦਾ ਆਪਣੇ ਲੋਕਾਂ ਦੇ ਸੋਚ ਦੇ ਉੱਤੇ। ਹੁਣ ਸਵਾਲ ਇਹ ਹੈਗਾ ਕਿ ਜਿੱਦਾਂ ਦੀਆਂ ਮਜ਼ਬੂਰੀਆਂ 'ਚੋਂ ਅਸੀਂ ਆਏ ਸੀ ਉਦੋਂ ਦੀਆਂ 'ਚੋਂ ਇਹ ਆ। ਅਤੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਸ ਮੁਲਕ ਦੇ ਵਿੱਚ ਉਸ ਮੌਕੇ ਦੇ ਉੱਤੇ ਨਸਲਵਾਦ ਦੇ ਖਿਲਾਫ਼ ਇੰਡੀਅਨ ਵਰਕਰਸ ਐਸੋਸੀਏਸ਼ਨ ਨੇ ਬਹੁਤ ਵੱਡਾ ਕੰਮ ਕੀਤਾ ਸੀ, ਨਸਲਵਾਦ ਦੇ ਜਿੱਥੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੜੇ ਬੜੇ ਮੁਜ਼ਾਹਰੇ ਕੀਤੇ, ਇੱਥੋਂ ਤੱਕ ਕਿ ਨੈਸ਼ਨਲ ਫਰੰਟ ਦੇ ਗੁੰਡੇ ਸਾਡੇ ਜਿੱਥੇ ਇਕੱਲਾ ਬੰਦਾ ਕੁੱਟ ਦਿੰਦੇ ਸੀ ਉੱਥੇ ਇਕੱਠੇ ਹੋ ਕੇ ਉਹਨਾਂ ਦਾ ਮੁਕਾਬਲਾ ਵੀ ਕੀਤਾ। ਲੇਕਿਨ ਅੱਜ ਦੇ ਮਾਹੌਲ ਦੇ ਵਿੱਚ ਇਹ ਸਾਡੇ ਜਿਹੜੇ ਨਵੇਂ ਆਏ ਸਾਥੀ ਹੈ ਨਾ, ਇਹਨਾਂ ਨੂੰ ਮਾਹੌਲ ਜਿਹੜਾ ਹੈਗਾ ਬੜਾ ਸੋਹਣਾ ਮਿਲਿਆ ਹੈਗਾ, ਉਹ ਸਦਕੇ ਇਹ ਜਿਹੜੇ ਪੁਰਾਣੇ ਸਾਡੇ ਬੰਦੇ ਜਿਹੜੇ ਹੈਗੇ ਉਹ ਘਾਲਣਾ ਘਾਲ ਗਏ ਇੱਥੇ ਨਸਲਵਾਦ ਦੇ ਖਿਲਾਫ਼। ਹੁਣ ਇਹ ਗੱਲ ਹੈਗੀ ਕਿ ਠੀਕ ਆ ਇਹਨਾਂ ਦੇ ਮੈਨਰਸ ਜਿਹੜੇ ਅੱਗੇ ਅੱਛੇ ਜਾਂ ਕਿਸ ਤਰ੍ਹਾਂ ਸਾਨੂੰ ਉਹ ਬੁਰੇ ਲੱਗਦੇ ਆ,
ਉਹ ਇੱਕ ਸਾਥੀ ਸਾਡਾ ਕਹਿ ਕੇ ਗਿਆ ਹੈਗਾ ਕਿ ਨਾ ਮੈਂ ਲਾਈ ਕਰਦਾ, ਨਾ ਮੇਰੀ ਘਰ ਵਾਲੀ, ਨਾ ਸਾਡੇ ਬੱਚੇ। ਪ੍ਰੋਬਲਮ ਇਹ ਹੈਗਾ ਕਿ ਇਹ ਤਾਂ ਹੁਣ ਇੱਥੇ ਰਹਿਣਾ ਇਹਨਾਂ ਨੇ, ਹੈ ਨਾ। ਅਤੇ ਨਾਲ ਦੀ ਨਾਲ ਇਹ ਗੱਲ ਹੈਗੀ ਕਿ ਇਹ ਸਾਡੇ ਵਿੱਚੋਂ ਆ, ਅਤੇ ਇਸ ਕਰਕੇ ਸਾਨੂੰ ਕਿਹੋ ਜਿਹਾ ਤਰੀਕਾ ਸੋਚਣਾ ਚਾਹੀਦਾ ਹੈਗਾ ਕਿ ਬਿਲਕੁਲ ਨੈਗੇਟਿਵਿਟੀ ਨੂੰ ਛੱਡ ਕੇ ਇੱਦਾਂ ਕਰੀਏ ਕਿ ਜੇ ਇੱਕ ਹੋਰ ਮੈਂ ਥੋੜ੍ਹੀ ਮੈਂ ਆਪਣੇ ਆਪ ਨੂੰ ਕੱਟ ਕਰਦਾ, ਕਿਉਂਕਿ ਵੱਡਿਆਂ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਹੈ। ਮੈਂ ਨਵੀਨ ਰਹਿੰਦਾ ਛੋਟੇ ਸ਼ਹਿਰ ਦੇ ਵਿੱਚ, ਔਰ ਇੱਥੇ ਬੱਸਾਂ ਦੇ ਵਿੱਚ ਵੀ ਸਾਨੂੰ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ। ਸਾਨੂੰ ਇਹ ਜਿਹੜੇ ਇਸ ਤਰ੍ਹਾਂ ਦੇ ਨਵੇਂ ਆਏ ਸਾਡੇ ਬੱਚੇ ਆ ਉਹ ਨਹੀਂ ਮਿਲਦੇ ਹੈ ਨਾ। ਔਰ ਮੈਂ ਮੰਨਦਾ ਕਿ ਵੱਡਿਆਂ ਸ਼ਹਿਰਾਂ ਦੇ ਵਿੱਚ ਬਹੁਤ ਪ੍ਰੋਬਲਮ ਹੋਏਗੀ, ਲੇਕਿਨ ਹੁਣ ਇਹ ਹੈਗਾ ਕਿ ਜੇ ਕੋਈ ਸੈਂਟਰ ਖੋਲੋ ਜਿੱਥੇ ਕੋਈ ਤੁਸੀਂ ਇਹਨਾਂ ਨੂੰ ਬੁਲਾ ਕੇ ਜਾਂ ਕਿਸ ਤਰ੍ਹਾਂ ਇਹਨਾਂ ਦੇ ਨਾਲ ਸਾਂਝ ਪਾਈਏ ਆਪਾਂ, ਜਿਹਦੇ ਨਾਲ ਕਿ ਅਸੀਂ ਇਹਨਾਂ ਨੂੰ ਮਹਿਸੂਸ ਕਰਾਈਏ ਕਿ ਤੁਸੀਂ ਸਾਡੇ ਇੱਥੇ ਹਿੱਸਾ ਹੋਣਗੇ ਅਤੇ ਸਾਨੂੰ ਉਸ ਤਰ੍ਹਾਂ ਬਿਹੇਵ ਕਰ। ਇਹ ਨਹੀਂ ਕਿ ਅਸੀਂ ਗੋਰਿਆਂ ਦੇ ਸਭ ਸਰਵੀਨਟ ਹਾਂਗੇ, ਨਟ ਲੱਗਦਾ, ਲੇਕਿਨ ਸਾਨੂੰ ਆਪਣੇ ਆਪ 'ਚ ਐਗਜਿਸਟ ਕਰਨਾ ਚਾਹੀਦਾ ਐਜ਼ ਐਨ ਇੰਡੀਪੈਂਡੈਂਟ ਯੂ ਨੋ ਸਿਟੀਜ਼ਨ, ਬਟ ਐਂਡ ਵੀ ਆਲਸੋ ਸ਼ੁੱਡ ਅੰਡਰਸਟੈਂਡ ਯੂ ਨੋ ਹਾਓ ਪੀਪਲ ਲਿਵ ਅਰਾਊਂਡ ਹੇਅਰ ਐਂਡ ਹਾਓ ਵੀ ਸ਼ੁੱਡ ਲਿਵ ਅਰਾਊਂਡ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਮਤਲਬ ਮੈਂ ਤਾਂ ਉਦੋਂ ਬੜਾ ਹੈਰਾਨ ਹੈਗਾ ਕਿ ਕੁਝ ਮੇਰੇ ਜਿਹੜੇ ਪਹਿਲਾਂ ਕਾਲਰ ਆਇਆ ਉਹਨਾਂ ਨੂੰ ਬਹੁਤ ਹੀ ਪ੍ਰੋਬਲਮ ਹੋਈ ਆ। ਚਲੋ ਮੈਂ ਬੱਸ 'ਚ ਟਰੈਵਲ ਤਾਂ ਬਰਮਿੰਗਮ ਵੀ ਜ਼ਿਆਦਾ ਨਹੀਂ ਕਰਦਾ, ਪਰ ਇਹਦੇ ਬਾਰੇ ਸਾਨੂੰ ਜਿਹੜੇ ਸਾਡੇ ਸਿਆਣੇ ਬੰਦੇ ਹੈਗੇ ਉਹਨਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੀਦਾ ਹੈਗਾ ਕਿ ਸਾਡਾ ਜਿਹੜਾ ਹਲੇਮੀ ਦਾ ਪਿਆਰ ਮੁਹੱਬਤ ਦਾ ਮੈਸੇਜ ਉਹਨਾਂ ਵੱਲ ਜਾਣਾ ਚਾਹੀਦਾ ਉਹਨਾਂ ਦੇ ਲਈ, ਤਾਂ ਕਿ ਪੱਕੇ ਪੈਣ ਦੇ ਨਾਲ ਉਹ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਮੇਰਾ ਖਿਆਲ ਹੈਗਾ ਜ਼ਰੂਰ ਪਤਾ ਲੱਗੇਗਾ, ਜੇ ਸਾਨੂੰ ਉਹਨਾਂ ਦਿਨਾਂ 'ਚ ਪਤਾ ਲੱਗ ਗਿਆ ਹੈਗਾ ਤਾਂ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ। ਉਹ ਵੀ ਕਲਚਰ ਜਿਹੜਾ ਨਾ ਉਹ ਬੜਾ ਹਾਵੀ ਹੋ ਜਾਂਦਾ ਹੈਗਾ ਇਹ ਕਲਚਰ ਦੇ ਵਿੱਚ ਉਹਨਾਂ ਦਾ ਰਹਿਣਾ। ਜੇ ਉੱਥੇ ਇੱਕ ਜਾਣਾ ਨਹੀਂ, ਮੈਂ ਉਹਨਾਂ ਦੇ 10-15 ਸਾਲਾਂ ਨੂੰ ਉਹਨਾਂ ਨੇ ਸਾਨੂੰ ਮੱਤਾਂ ਦੇਣੀਆਂ, ਤਾਂ ਇਸ ਕਰਕੇ ਵੀ ਸ਼ੁੱਡ ਹੈਵ ਅ ਟੋਲਰੈਂਟ ਯੂ ਨੋ ਵਿਊਜ਼ ਟੁਵਰਡਸ ਦੋਜ਼ ਪੀਪਲ। ਇੰਨਾ ਹੀ ਹੈਗਾ ਕਿ ਅਸੀਂ ਸਾਰੇ ਰਲ ਮਿਲ ਕੇ ਰਹੀਏ, ਜਿਹੜੀਆਂ ਸਾਡੀਆਂ ਹੋਰ ਮੁਸੀਬਤਾਂ ਹੈਗੀਆਂ ਇਹਨਾਂ ਤੋਂ ਇਲਾਵਾ ਉਹਨਾਂ ਬਾਰੇ ਵੀ ਕੋਈ ਨਾ ਕੁਛ ਸੋਚਿਆ ਕਰੀਏ। ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮੱਚ। ਮੈਂ ਇਸ ਸੰਬੰਧ ਵਿੱਚ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਉਹਨਾਂ ਦੇ ਪ੍ਰਤੀ ਇੱਕ ਕਵਿਤਾ ਲਿਖੀ ਆ, ਠੀਕ ਹੈ, ਕਿਉਂਕਿ ਉਹ ਮਹਿਸੂਸ ਕਰਦੇ ਆ ਜੋ ਸੋਚ ਕੇ ਅਸੀਂ ਉਹ ਨਹੀਂ ਇੱਥੇ ਕਰ ਪਾਏ, ਅਤੇ ਉਹ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ ਵੀ ਕੀ ਆਸਾਂ ਉਮੀਦਾਂ ਸੀ, ਕੀ ਕਰਨੇ ਪੈ ਗਏ ਹਾਂ। ਸਵਰਗਾਂ ਦੀ ਆਸ ਲੱਗਦਾ ਆ ਨਰਕੀ ਬਹਿ ਗਏ ਹਾਂ। ਉਮੀਦ ਲਾਈ ਸੀ ਰਾਤੋ ਰਾਤ ਲੱਖਾਂ ਵਿੱਚ ਖੇਲਾਂਗੇ, ਉਮੀਦ ਲਾਈ ਸੀ ਰਾਤੋ ਰਾਤ ਲੱਖਾਂ ਵਿੱਚ ਖੇਲਾਂਗੇ, ਪਤਾ ਨਹੀਂ ਸੀ ਪਰਦੇਸਾਂ ਵਿੱਚ ਕੀ ਦੁੱਖੜੇ ਚੱਲਾਂਗੇ। ਅਣਜਾਣੇ ਵਿੱਚ ਮਾਪਿਆਂ ਤੋਂ ਵੱਖ ਹੋ ਕੇ ਰਹਿ ਗਏ ਹਾਂ, ਸਵਰਗਾਂ ਦੀ ਆਸ ਲੱਗਦਾ ਆ ਨਰਕੀ ਬਹਿ ਗਏ ਹਾਂ। ਕਿਹੋ ਜਿਹੇ ਕੰਮ ਕਰਨੇ ਪੈਣੇ ਸੋਚਿਆ ਤੱਕ ਨਹੀਂ, ਇਹੋ ਜਿਹੇ ਕੰਮ ਕਰਨੇ ਪੈਣੇ ਸੋਚਿਆ ਤੱਕ ਨਹੀਂ, ਸੁੱਖ ਦੀ ਨੀਂਦਰ ਸੋਵਾਂਗੇ ਦੁੱਖ ਲੋਚਿਆ ਤੱਕ ਨਹੀਂ। ਕੰਮਾਂ ਤੋਂ ਆਪਣੀ ਰੋਟੀ ਆਪ ਹੀ ਲਾ ਰਹੇ ਹਾਂ, ਸਵਰਗਾਂ ਦੀ ਆਸ ਲੱਗਦਾ ਨਰਕੀ ਬਹਿ ਗਏ ਹਾਂ। ਭੈਣ ਭਰਾ ਜੋ ਦੇਸ਼ ਬੈਠੇ ਆਸਾਂ ਲਾਈਆਂ ਨੇ, ਵੀਰ ਦੇ ਪੈਸੇ ਆਉਣੇ ਹੋਣੀਆਂ ਫਿਰ ਚੜ੍ਹਾਈਆਂ ਨੇ, ਛਿੰਦਿਆ ਪੈਸੇ ਪਾਜ ਦੇ
ਰੋਜ਼ ਹੀ ਫੋਨ ਘੁਮਾਉਂਦੇ ਹਾਂ, ਸਵਰਗਾਂ ਦੀ ਆਸ ਲੱਗਦਾ ਆ ਨਰਕੀ ਬਹਿ ਗਏ ਹਾਂ। ਧਰਮ ਇਹ ਪਰਦੇਸੀ ਦਿਲ ਲੈਣਾ ਔਖਾ ਹੈ, ਧਰਮ ਇਹ ਪਰਦੇਸੀ ਦਿਲ ਲਾਉਣਾ ਔਖਾ ਹੈ, ਬਾਹਰ ਜਾਣ ਲਈ ਮਾਪਿਆਂ ਨੂੰ ਸਤਾਉਣਾ ਸੌਖਾ ਹੈ। ਧਰਮ ਇਹ ਪਰਦੇਸੀ ਆ ਕੇ ਦਿਲ ਲਾਉਣਾ ਔਖਾ ਹੈ, ਬਾਹਰ ਜਾਣ ਲਈ ਮਾਪਿਆਂ ਨੂੰ ਸਤਾਉਣਾ ਸੌਖਾ ਹੈ। ਕਿਹਨੂੰ ਦੱਸੀਏ ਕੀ ਦੁੱਖ ਪਰਦੇਸੀ ਸਹਿ ਰਹੇ ਹਾਂ, ਸਵਰਗਾਂ ਦੀ ਆਸ ਲੱਗਦਾ ਆ ਨਰਕੀ ਬਹਿ ਗਏ ਹਾਂ। ਕੀ ਆਸਾਂ ਲਾਈਆਂ ਸੀ, ਕੀ ਕਰਨੇ ਪੈ ਗਏ ਹਾਂ, ਸਵਰਗਾਂ ਦੀ ਆਸ ਲੱਗਦਾ ਆ ਨਰਕੀ ਬਹਿ ਗਏ ਹਾਂ। ਇੱਥੇ ਆਣ ਕੇ ਤਰੱਕੀ ਕਰਨ ਲਈ, ਕਾਮਯਾਬ ਹੋਣ ਲਈ ਸਾਨੂੰ ਕੀ ਕਰਨਾ ਚਾਹੀਦਾ? ਜਿਹੜੇ ਸਾਡੇ ਕੋਲ 10 ਮਿੰਟ ਹੁੰਦੇ ਆ, ਆਪਾਂ ਉੱਤੇ ਲਾਉਂਦੇ ਹਾਂ ਕਿ ਕਰਨਾ ਕੀ ਚਾਹੀਦਾ ਸਾਨੂੰ। ਇੱਕ ਗੱਲ ਤਾਂ ਜਦੋਂ ਅਸੀਂ ਆਏ ਹਾਂ ਹਰੀਸ਼ੋ, ਤੁਸੀਂ ਬਹੁਤ ਫਰਕ ਪੈ ਗਿਆ ਸੀ ਉਦੋਂ, ਰੋਜ਼ਾਨਾ ਹੀ ਫਰਕ ਪੈਂਦਾ ਸੀ। ਹਾਂਜੀ, ਉਹ ਇੱਦਾਂ ਦਾ ਦੌਰ ਸੀਗਾ ਬਿਲਕੁਲ ਜੀ, ਕਿ ਜਿਹੜੇ ਬਾਹਰ 'ਚ ਆਏ ਆ ਉਹਨੇ ਕੁਛ ਹੋਰ ਦੇਖਿਆ, ਜਿਹੜੇ ਚਾਹੁਣ 'ਚ ਉਹਨੇ ਹੋਰ ਦੇਖਿਆ, ਜਿਹੜੇ ਠਾਰ 'ਚ ਜਲਦੀ ਜਲਦੀ, ਕਿਉਂਕਿ ਇੱਕ ਜਿੱਦਾਂ ਨਵਾਂ ਨਵਾਂ ਪਾਕਿਸਤਾਨ ਵੀ ਆਪਣਾ ਸੀ, ਇੱਕ ਡਿਵੈਲਪਮੈਂਟ ਬਹੁਤ ਫਾਸਟ ਹੋ ਰਹੀ ਸੀ। ਹਾਂਜੀ, ਇੱਥੇ ਵੀ ਇੱਦਾਂ ਸੀ। ਜਦੋਂ ਅਸੀਂ ਆਏ ਹਾਂ ਤਾਂ ਕੁਛ ਲੋਕ ਲੜਾਈਆਂ ਝਗੜਿਆਂ ਵਾਲੇ ਬੰਦੇ ਵੀ ਸੀ। ਹਾਂਜੀ, ਇਸ ਗੱਲ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ, ਲੜਾਈਆਂ ਉਦੋਂ ਵੀ ਆਪਣੇ ਲੋਕ ਆਪਸ ਵਿੱਚ ਕਰਦੇ ਸੀਗੇ, ਪੱਬਾਂ 'ਚ ਵੀ ਕਰਦੇ ਸੀ ਜਾ ਕੇ। ਨਹੀਂ, ਉਦੋਂ ਲੋਕ ਮਿਲਦੇ ਹੀ ਪੱਬਾਂ ਸੀ। ਹਾਂਜੀ ਹਾਂਜੀ ਬਿਲਕੁਲ, ਪੱਬਾਂ 'ਚ ਹੀ ਮਿਲਦੇ ਸੀ, ਹੋਰ ਕੋਈ ਜਗ੍ਹਾ ਹੈ ਨਹੀਂ ਸੀ ਮਿਲਣ ਵਾਸਤੇ, ਜਾਂ ਸਨਵੇਂ ਸੀਗੇ। ਅੱਛਾ, ਇੱਕ ਚੀਜ਼ ਜਿਹੜੀ ਹੁਣ ਹੋ ਰਹੀ ਉਦੋਂ ਨਹੀਂ ਸੀ ਹੁੰਦੀ, ਉਹ ਇਹ ਸੀ ਚੋਰੀ ਉਦੋਂ ਬੰਦੇ ਬਿਲਕੁਲ ਨਹੀਂ ਸੀ ਕਰਦੇ ਆਪਣੇ ਬੰਦਿਆਂ ਵਿੱਚ। ਉਸ ਵਕਤ ਦੇ ਮੁਤਾਬਕ ਕੋਈ ਬੰਦਾ ਚੋਰ ਨਹੀਂ ਸੀ, ਕਿਸੇ ਨੂੰ ਚੋਰ ਨਹੀਂ ਸੀ ਕਿਹਾ ਜਾਂਦਾ, ਨਾ ਕੋਈ ਚੋਰੀ ਕਰਦਾ ਸੀਗਾ। ਇਹ ਸਾਰ 'ਚ ਨਵਾਂ ਆਇਆ, ਪਿੱਛੇ ਜਿਹਾ ਕੇਸ ਹੋਇਆ ਸੀਗਾ, ਜਿਹੜੇ ਉਹ ਜੂਨੀਅਰ ਸੀਗੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਕਾਰਾਂ ਚੋਰੀ ਕਨੇਡਾ ਵਿੱਚ ਖਾਸ ਤੌਰ 'ਤੇ ਕਾਰਾਂ ਚੋਰੀ ਹੋ ਰਹੀਆਂ, ਫਰੋਤੀਆਂ ਉੱਥੇ ਵੀ ਬੁੜੀਆਂ ਦੇ ਕੋਲੋਂ ਗਹਿਣੇ ਲੁੱਟੇ ਜਾ ਰਹੇ ਆ, ਜਾਣੀ ਬਹੁਤ ਦਰਦਨਾਕ ਸਿਚੁਏਸ਼ਨ ਹੋ ਰਹੀ ਆ। ਕਰਨਾ ਕੀ ਚਾਹੀਦਾ? ਮੈਂ ਕਾਲ ਲੈਣ ਤੋਂ ਪਹਿਲਾਂ ਦੱਸਿਆ, ਮੈਂ ਸਮਝਦਾ ਕਿ ਜਿਹੜੇ ਬੰਦੇ ਇੱਥੇ ਨਵੇਂ ਆਏ, ਅਗਰ ਉਹ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਪੈਸਾ ਲੱਗਾ ਉਹ ਜਲਦੀ ਰਿਕਵਰ ਹੋਵੇ, ਤਾਂ ਉਹਨਾਂ ਨੂੰ ਆ ਕੇ ਕੋਈ ਟ੍ਰੇਡ ਸਿੱਖਣਾ ਚਾਹੀਦਾ। ਬਿਲਕੁਲ, ਸਿੱਖ ਕੇ ਕੰਮ ਕਰਨਗੇ ਤਾਂ ਉਹਨਾਂ ਨੂੰ ਸ਼ੋਰ ਲਾਭ ਪ੍ਰਾਪਤ ਹੋਊਗਾ। ਜੇ ਅਸੀਂ ਇੱਦਾਂ ਧੱਕੇ ਖਾ ਕੇ ਕੁੱਟਮਾਰ ਕਰਕੇ ਪੈਸੇ ਖੋਹ ਕੇ ਅਮੀਰ ਹੋਣਾ ਚਾਹਾਂਗੇ ਤਾਂ ਉਹ ਨਹੀਂ ਹੋ ਸਕਣਾ, ਜੇਲ੍ਹ 'ਚ ਜਾਓਗੇ, ਫਿਰ ਜ਼ਿੰਦਗੀ ਬੜੀ ਮੁਸ਼ਕਲ ਹੋ ਜਾਊਗੀ ਤੁਹਾਡੇ ਵਾਸਤੇ, ਮਾਪਿਆਂ ਵਾਸਤੇ। ਹੈਲੋ ਜੀ, ਸਵਾਗਤ ਹੈ, ਕੌਣ ਕਿੱਥੋਂ ਬੋਲਦੇ ਜੀ? ਵੈਲਕਮ ਤੁਹਾਡਾ। ਹੈਲੋ ਹੈਲੋ ਮਹੇਸ਼ ਸਾਹਿਬ ਜੀ, ਸਵਾਗਤ ਹੈ ਤੁਹਾਡਾ। ਹਾਂ ਸਿਮਰ ਸਾਹਿਬ, ਮਹੇਸ਼ ਸਾਹਿਬ ਇੱਕ ਮਿੰਟ ਲਾਊਂਗਾ ਜੀ। ਡਾਕਟਰ ਮਹੇਸ਼ ਸਾਹਿਬ, ਮੈਂ ਕਈ ਦਫ਼ਾ ਇਹ ਵੀ ਸੋਚਦਾ ਵੀ ਜਦ ਨਾ ਅਸੀਂ ਕੁਛ ਸੁਣਦੇ ਹਾਂ, ਹਾਂਜੀ, ਵੀ ਬਾਹਲੇ ਜਿਹੜੇ ਬੱਚੇ ਆ ਨਾ, ਜਿਹੜਾ ਉੱਥੇ ਦਾ ਸਿਸਟਮ ਲਾ ਐਂਡ ਆਰਡਰ ਖਰਾਬ ਹੋ ਚੁੱਕਾ, ਸਿਕਿਉਰਿਟੀ ਖਤਮ ਹੋ ਚੁੱਕੀ ਆ, ਹਾਂਜੀ, ਇਸ ਕਰਕੇ ਲੋਕੀ ਬਾਹਰ ਨਿਕਲਦੇ ਆ, ਕੋਈ ਪੈਸੇ ਦੀ ਖਾਤਰ ਨਹੀਂ ਬਾਹਲਾ ਨਿਕਲਦੇ, ਪਰ ਜਿਹੜੀ ਉੱਥੇ ਤੁਹਾਡੇ ਕੋਲ ਸਿਕਿਉਰਿਟੀ ਸਾਡੇ ਸਿਸਟਮ ਦੇ ਵਿੱਚ ਖਤਮ ਹੋ ਚੁੱਕੀ ਆ, ਇਹ ਮਤਲਬ ਇਹ ਉਸ ਮਾਹੌਲ ਦੇ ਵਿੱਚੋਂ ਨਿਕਲ ਕੇ ਆਇਆ ਜਿੱਥੇ ਕੋਈ ਲਾ ਐਂਡ ਆਰਡਰ ਨਹੀਂ ਗਾ ਔਰ ਕੋਈ ਸਿਸਟਮ ਨਹੀਂ ਗਾ, ਉਹ ਵੀ ਇਹਨਾਂ ਦੇ ਮਤਲਬ ਬਲੱਡ ਸਟ੍ਰੀਮ ਵਿੱਚ ਜਾ ਚੁੱਕਾ, ਇਸੇ ਕਰਕੇ ਮੁੰਡੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ। ਪਰ ਅਸੀਂ ਡਾਕਟਰ ਸਾਹਿਬ, ਅਸੀਂ ਭਾਵਾਂ ਅਸੀਂ ਗਰੀਬ ਮੁਲਕ 'ਚੋਂ ਆਏ ਸੀਗੇ, ਪਰ ਸਾਡੇ ਜਦੋਂ ਅਸੀਂ ਆਏ ਨਾ ਉਦੋਂ ਭਾਈਚਾਰਾ ਸੀ, ਪਿਆਰ ਸੀ, ਮੁਹੱਬਤ ਸੀਗੀ, ਪਰ ਅੱਜ ਉਹ ਉੱਥੇ ਐਂ ਨਹੀਂ ਗਾ। ਅੱਜ ਹਰ ਆਦਮੀ ਚਾਹੁੰਦਾ ਵੀ ਸਾਡੇ ਬੱਚੇ ਬਾਹਰ ਨਿਕਲ ਜਾਣ, ਮੇਰੇ ਆਪਣੇ ਪਰਿਵਾਰ 'ਚ ਵੀ ਇੱਦਾਂ ਹੋਇਆ। ਬਹੁਤ ਮਿਹਰਬਾਨੀ। ਠੀਕ ਹੈ ਜੀ, ਠੀਕ ਆ, ਚਲੋ ਵਜ੍ਹਾ ਕੁਛ ਵੀ, ਲੇਕਿਨ ਜੇ ਇੱਥੇ ਆਏ ਹਾਂ ਅਤੇ ਜੇ ਕੋਈ ਸਾਡੇ ਘਰ ਪ੍ਰਾਹੁਣਾ ਆਉਂਦਾ ਉਹ ਆਪੇ ਸਾਡੇ ਕੋਠਿਆਂ 'ਚ ਆ ਕੇ ਛਾਲਾਂ ਮਾਰਦਾ, ਫਿਰ ਸਾਨੂੰ ਬਰਦਾਸ਼ਤ ਨਹੀਂ ਹੋਣਾ। ਗਲਤ ਗਲਤ
ਤੁਹਾਨੂੰ ਕੋਈ ਮਿਲਣ ਦਾ ਆਪੇ ਫਰਿੱਜ ਵਿੱਚ ਜਾ ਕੇ ਕੋਕ ਲੱਭਦਾ ਫਿਰੇ ਚੰਗਾ ਨਹੀਂ ਲੱਗੂਗਾ। ਇਸ ਕਰਕੇ ਅਸੀਂ ਪੰਜਾਬ ਤੋਂ ਆਏ ਹਾਂ ਇੰਗਲੈਂਡ ਵਿੱਚ। ਇੰਗਲੈਂਡ ਵਿੱਚ ਜਿੱਦਾਂ ਪਰਿਵਾਰ ਰਹਿੰਦੇ ਆ ਉੱਦਾਂ ਹੀ ਸਤਿਕਾਰ ਨਾਲ ਰਹੋ, ਤੁਹਾਡਾ ਵੀ ਸਤਿਕਾਰ ਹੋਊਗਾ, ਜਿਹਦੇ ਘਰ ਰਹਿੰਦੇ ਉਹਦਾ ਸਤਿਕਾਰ। ਅਸੀਂ ਤਾਂ ਲੋਕਾਂ ਦੇ ਗੈਸ ਤੱਕ ਪੱਟ ਕੇ ਜਾਂਦੇ, ਜੇਕਰ ਤੁਸੀਂ ਕਿਰਾਇਆ ਨਾ ਦੇ ਹੋਵੇ ਤਾਂ ਉਹ ਮਿਹਨਤ ਵਾਲਾ ਨਹੀਂ ਕਰਨਾ, ਅਗਲੇ ਦਾ ਘਰ ਵਿਗਾੜ ਕੇ ਅੱਗੇ ਤੁਰਦੇ ਬਣਨਾ। ਇਹ ਅਸੀਂ ਇਹਦੇ ਨਾਲ ਆਪਾਂ ਬਦਨਾਮੀ ਔਰ ਇਨਸਲਟ ਖੱਟਦੇ ਹਾਂ, ਇਹ ਤੋਂ ਗੁਰੇਜ਼ ਕਰਨਾ ਹੈ ਡਾਕਟਰ ਸਾਹਿਬ। ਹਾਂ ਗੱਲ ਜਾਣ ਕੇ ਇਹ ਲੱਗ ਤਾਂ ਸਭ ਤੋਂ ਪਹਿਲਾਂ ਤਾਂ ਵੀ ਜਿਹੜੀ ਲੈਂਗੁਏਜ ਦੀ ਮਹਾਰਤ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਬਹੁਤ ਜ਼ਿਆਦਾ ਜ਼ਰੂਰਤ ਹੈ ਉਹਦੀ। ਇੱਥੇ ਯਾਨੀ ਕਿ ਬਹੁਤ ਸਾਰੇ ਕੋਰਸਿਸ ਹੈ ਜਿਹੜੇ ਕਿ ਲੈਂਗੁਏਜ ਬਾਰੇ ਤੁਹਾਨੂੰ, ਤੁਹਾਡੀ ਜਿਹੜੀ ਲੈਂਗੁਏਜ ਹੈਗੀ ਉਹ ਤੁਸੀਂ ਉਹਨੂੰ ਇੰਪਰੂਵ ਕਰ ਸਕਦੇ ਹਾਂ। ਕਮਿਊਨੀਕੇਸ਼ਨ ਯਾਨੀ ਕਿ ਬਹੁਤ ਇੰਪੋਰਟੈਂਟ ਹੈਗਾ ਕਿਸੇ ਵੀ ਜੋਬ ਲਈ ਤੁਸੀਂ ਜਾਂਦੇ ਆ। ਦੂਸਰਾ ਯਾਨੀ ਕਿ ਬਹੁਤ ਸਾਰੇ ਕੋਰਸਿਸ ਇਹੋ ਜਿਹਾ ਵੀ ਹੈ ਜਿਹੜੇ ਸਕਿੱਲ ਤੁਹਾਨੂੰ ਦਿੰਦੇ ਹੈਗੇ ਆ, ਜੇ ਤੁਸੀਂ ਐਜ ਏ ਪਾਰਟਨਰ ਆਏ ਹੈਗੇ ਆ ਤੁਸੀਂ ਯੂ ਕੈਨ ਡੂ ਦੈਟ। ਅਤੇ ਇਸ ਗੱਲ ਨੂੰ ਆਪਣੇ ਜ਼ਰੂਰ ਮੱਦੇਨਜ਼ਰ ਰੱਖੋ ਲਿਆ ਵੀ ਕੋਈ ਵੀ ਦੁਨੀਆ ਵਿੱਚ ਜਿਹੜੀ ਸਕਸੈਸ ਹੈਗੀ ਆ ਉਹ ਸ਼ੋਰਟਕੱਟ ਕੋਈ ਵੀ ਤਰੀਕਾ ਕਦੇ ਨਹੀਂ ਹੁੰਦਾ ਹੈਗਾ, ਹਰ ਇੱਕ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ। ਅਤੇ ਮਿਹਨਤ ਹੀ ਜਿਹੜਾ ਹੈਗਾ ਉਹ ਹੀ ਜਿੱਦਾਂ ਕਹਿੰਦੇ ਆ ਸਫਲਤਾ ਦੀ ਕੁੰਜੀ ਇਹ ਆ ਵੀ ਜਿਹੜੀ ਮਿਹਨਤ ਹੈਗੀ ਆ। ਅਤੇ ਜੇ ਤੁਸੀਂ ਮਿਹਨਤ ਨਹੀਂ ਕਰਦੇ ਤਾਂ ਫਿਰ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ। ਮਨ ਦਾ ਲੈ ਤੁਹਾਡੇ ਪਿੱਛੇ ਬਹੁਤ ਪ੍ਰੈਸ਼ਰ ਹੁੰਦਾ ਹੈਗਾ, ਮਾਂ ਬਾਪ ਨੇ ਕਰਜ਼ਾ ਲੈ ਕੇ ਤੁਹਾਨੂੰ ਇੱਥੇ ਭੇਜਿਆ ਹੈਗਾ, ਜਾਂ ਉਹਨਾਂ ਨੇ ਜ਼ਮੀਨਾਂ ਵੇਚੀਆਂ ਹੈਗੀਆਂ ਜਾਂ ਕੁਛ ਹੋਰ ਵੇਚਿਆ ਹੈਗਾ, ਉਹ ਤੁਹਾਨੂੰ ਕਹਿੰਦੇ ਲੈ ਵੀ ਹਾਂ ਜੀ ਪੈਸੇ ਯਾਨੀ ਕਿ ਸਾਨੂੰ ਛੇਤੀ ਚਾਹੀਦੇ ਹੈ। ਪਰ ਅਗੇਨ ਯੂ ਨੀਡ ਟੂ ਟੈਲ ਦੈਮ ਵੈਰੀ ਕਲੀਅਰਲੀ ਲੈ ਵੀ ਉਹ ਜਿਹੜੀ ਸਿਚੁਏਸ਼ਨ ਜਿਹੜੀ ਸਾਨੂੰ ਇੱਥੇ ਦੱਸੀ ਗਈ ਸੀ ਉਹ ਇੱਥੇ ਜਿਹੜੀ ਸੱਚਾਈ ਆ ਉਹ ਹੋਰ ਹੈ। ਅਤੇ ਦੂਸਰੀ ਗੱਲ ਇਹ ਵੀ ਹੈ ਲੈ ਵੀ ਜਿਹੜੇ ਬਹੁਤ ਸਾਰੇ ਸਟੂਡੈਂਟਸ ਆਏ ਹੈਗੇ ਆ ਜੁੜੀ ਲੈ ਵੀ ਉਹਨਾਂ ਨੂੰ ਪਰਮਨੈਂਟਲੀ ਸਟੇਅ ਇੱਥੇ ਮਿਲ ਜਾਵੇ, ਜਿੰਨੀ ਦੇਰ ਵੀ ਉਹਨਾਂ ਨੂੰ ਵੀਜ਼ਾ ਮਿਲਿਆ ਹੈਗਾ। ਜੇ ਤੁਸੀਂ ਕੋਈ ਕਿਸ ਤਰ੍ਹਾਂ ਦੀ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੇ ਵਿਲ ਫਾਇੰਡ ਯੂ ਅਤੇ ਦੇ ਵਿਲ ਡਿਪੋਰਟ ਯੂ। ਅਤੇ ਜਿਹੜੀਆਂ ਹੇਰਾਫੇਰੀਆਂ ਕਰਕੇ ਅਸੀਂ ਕੋਈ ਕਾਰਾਂ ਲੁੱਟ ਲਈਆਂ ਯਾਨੀ ਕਿ ਜਾਂ ਹੋਰ ਚੋਰੀਆਂ ਕਰ ਲਈਆਂ ਯਾਨੀ ਕਿ ਜਾਂ ਕਿਸ ਤਰ੍ਹਾਂ ਦੀ ਹੋਰ ਹੇਰਾਫੇਰੀ, ਜੇ ਤੁਹਾਡੇ ਕਿਸੇ ਨੇ ਤਰਸ ਵੀ ਕਰ ਲਿਆ ਵੀ ਹਾਂ ਜੀ ਮੈਂ ਆਪਣੇ ਘਰ ਰੱਖ ਲਿਆ ਤੁਸੀਂ ਉਹਦੇ ਘਰ ਵਿੱਚ ਵੀ ਚੋਰੀ ਕਰ ਲਈ, ਜਾਂ ਉਹਨਾਂ ਦੇ ਮੈਂਬਰਸ ਔਫ ਫੈਮਿਲੀ ਨਾਲ ਵੀ ਕਿਸ ਤਰ੍ਹਾਂ ਦੀ ਕੋਈ ਗਲਤ ਯਾਨੀ ਕਿ ਕੰਮ ਤੁਸੀਂ ਕੀਤਾ ਹੈਗਾ, ਯੂ ਵਿਲ ਨੋਟ ਬੀ ਸਪੇਅਰਡ ਇਨ ਦਿਸ ਕੰਟਰੀ। ਕੌਣ ਲੈ ਲਈ? ਹੈਲੋ ਜੀ, ਸਵਾਗਤ ਹੈ ਕਾਲਜ ਤੋਂ ਬੋਲਦੀ, ਵੈਲਕਮ ਤੁਹਾਡਾ। ਮੈਂ ਸਾਹਿਬ ਡਾਕਟਰ ਸਾਹਿਬ ਮੈਂ ਗੁਰਦੇਵ ਸਿੰਘ ਭੋਗਲ ਫੇਰ ਆਇਆ। ਸਵਾਗਤ ਹੈ ਜੀ ਭੋਗਲ ਸਾਹਿਬ। ਪਹਿਲਾਂ ਮੈਨੂੰ ਹਾਸਾ ਆਈ ਜਾਂਦਾ ਸੀ ਵਿੱਚ, ਅਤੇ ਸੁਮਨ ਸਾਹਿਬ ਵੀ ਗੱਲ ਕਰਕੇ ਗਏ ਆ, ਅਤੇ ਉਹ ਸਿਸਟਮ ਦੀ ਗੱਲ ਹੈ, ਇਹਨਾਂ ਨੇ ਸਿਸਟਮ ਦੀ ਗੱਲ ਕੀਤੀ ਆ, ਬਹੁਤ ਸਹੀ ਗੱਲ ਵਾ। ਅਤੇ ਮੈਨੂੰ ਤਾਂ ਇਹ ਗੱਲ ਚੇਤੇ ਆਈ ਆ, ਤਾਂ ਮੈਂ ਟੈਲੀਫੋਨ ਦੂਸਰੀ ਵਾਰੀ ਕੀਤਾ, ਮੈਨੂੰ ਖਿਮਾ ਕਰਨਾ। ਅਸੀਂ ਕਿਤੇ ਇਕੱਠੇ ਹੋਏ ਸੀ, ਪਤਾ ਨਹੀਂ ਪਾਰਟੀ ਸੀ, ਪਤਾ ਨਹੀਂ ਵਿਆਹ ਸੀ, ਮੈਨੂੰ ਚੇਤਾ ਨਹੀਂ ਆ ਰਿਹਾ, ਬਹੁਤ ਸਾਲਾਂ ਦੀ ਗੱਲ ਵਾ। ਅਤੇ ਉੱਥੇ ਵੀ ਇੱਦਾਂ ਆਹ ਗੱਲ ਹੋਈ ਸੀ ਜਿਹੜੀ ਸੁਮਨ ਸਾਹਿਬ ਨੇ ਕਹੀ ਕਹੀ ਆ, ਵੀ ਯਾਰ ਉੱਥੇ ਸਿਸਟਮ ਕੋਈ ਨਹੀਂ, ਕਿਤੇ ਉਹਨੂੰ ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਸਾਰੇ ਇੱਦਾਂ ਕਹੀ ਆ। ਕਈਆਂ ਨੇ ਹਲਕੀਆਂ ਹੋਣਗੀਆਂ ਗਾਲਾਂ ਵੀ ਕੱਢ ਦੇਣੀਆਂ, ਵੀ ਉੱਥੇ ਲੋਕ ਇੱਦਾਂ ਦੇ ਇੱਦਾਂ ਦੇ ਆ, ਆਹ ਤੁਹਾਨੂੰ ਪਤਾ ਹੀ ਆਪਣੀ ਪੰਜਾਬੀ ਭਾਸ਼ਾ ਕਿੱਦਾਂ ਦੀ ਆ। ਅਤੇ ਮੈਂ ਸੁਣਦਾ ਰਿਹਾ ਅਤੇ ਮੈਨੂੰ ਮਾੜਾ ਜਿਹਾ ਹਾਸਾ ਆ ਗਿਆ। ਤਾਂ ਇੱਕ ਵਿੱਚੋਂ ਸਾਡਾ ਰਿਸ਼ਤੇਦਾਰ ਸੀਗਾ, ਉਹ ਦੁਨੀਆ ਛੱਡ ਗਿਆ ਵਿਚਾਰਾ, ਉਹ ਕਹਿੰਦੇ ਉਹ ਮੈਨੂੰ ਕਹਿੰਦਾ ਗੁਰਦੇਵ ਸਿੰਘ ਤੂੰ ਹੱਸਿਆ ਕਿਉਂ ਯਾਰ? ਮੈਂ ਕਿਹਾ ਤੂੰ ਕਾਰਨ ਜਾਣਨਾ ਚਾਹੁੰਦਾ ਆ? ਕਹਿੰਦਾ ਮੈਂ ਕਿਹਾ ਉਹ ਕਹਿੰਦਾ ਹਾਂ ਮੈਂ, ਤੂੰ ਕਿਉਂ ਹੱਸਿਆ? ਬਾਕੀ ਕਹਿੰਦਾ ਐਨੀ ਸੀਰੀਅਸ ਗੱਲਾਂ ਕਰਦੇ ਪਏ, ਉੱਥੇ ਕੋਈ ਸਿਸਟਮ ਨਹੀਂ, ਜੋ ਮਰਜ਼ੀ ਕੋਈ ਕਰਦਾ ਜੇ ਤਾਂ ਮਰਜ਼ੀ ਕਰਾ ਦੇ। ਅਤੇ ਮੈਂ ਕਿਹਾ ਵੀ ਜੇ ਤੁਸੀਂ ਸੁਣਾਉਣਾ ਚਾਹੁੰਦੇ ਮੈਂ ਕਿਹਾ ਦੱਸ ਦਿੰਦਾ ਮੈਂ। ਕਹਿੰਦਾ ਜੀ ਉਹਨੇ ਬਾਕੀ ਦਿਨ ਚੁੱਪ ਕਰਾਤਾ, ਕਹਿੰਦਾ ਵੀ ਗੁਰਦੇਵ ਸਿੰਘ ਕਹਿੰਦਾ ਕੋਈ ਗੱਲ ਦੱਸਣੀ ਚਾਹੁੰਦੇ ਆ, ਤੁਸੀਂ ਕਹੀ ਜਾਂਦੇ ਵੀ ਸਿਸਟਮ ਹੈ ਨਹੀਂ। ਕੌਣ ਕਹਿੰਦਾ ਨਹੀਂ ਹੈ ਸਿਸਟਮ? ਅਤੇ ਦੋ ਚਾਰ ਫਿਰ ਇਕੱਠੇ ਬੋਲਦੇ, ਕਹਿੰਦਾ ਮੈਂ ਗੁਰਦੇਵ ਸਿੰਘ ਬੋਲ ਯਾਰ, ਕਿਹੜਾ ਸਿਸਟਮ ਉੱਥੇ ਭਲਾ? ਬੁਰਾ ਹਾਲ ਵਾ, ਕਹਿੰਦੇ ਉੱਥੇ ਕਿੰਨਾ ਕੁਛ ਕਹਿੰਦੇ ਸੀਗੇ। ਮੈਂ ਕਿਹਾ ਮੇਰੀ ਗੱਲ ਸੁਣਿਓ, ਮੈਂ ਇਹ ਤੁਹਾਡਾ ਮੈਂ ਕਿਹਾ 2 ਸਕਿੰਟ ਲੈਣੇ ਆ। ਤੁਸੀਂ ਕਹੀ ਜਾਂਦੇ ਆ ਵੀ ਇੱਥੇ ਸਿਸਟਮ ਕੋਈ ਨਹੀਂ, ਗਾਲਾਂ ਵੀ ਕੱਢੀ ਜਾਂਦੇ ਆ, ਉੱਥੇ ਸਿਸਟਮ ਹੈਗਾ ਆ, ਉੱਥੇ ਵਰਗਾ ਸਿਸਟਮ ਤਾਂ ਦੁਨੀਆਂ 'ਚ ਨਹੀਂ ਕਿਤੇ ਹੈ। ਅਤੇ 2-4 ਤੱਤੇ ਹੋ ਗਿਆ ਗੱਲ, ਕਹਿੰਦਾ ਯਾਰ ਦੱਸਦਾ ਸੀ ਵੀ ਕਿਹੜਾ ਸਿਸਟਮ ਉੱਥੇ?
ਇੰਡੀਆ 'ਚ ਜਾਂ ਸਾਰੇ ਪੰਜਾਬ 'ਚ ਖਾਸ ਕਰਕੇ, ਮੈਂ ਕਿਹਾ ਉਹ ਸਿਸਟਮ ਦਾ ਨਾਂ ਹੈਗਾ ਚੁੱਪ ਕਰ ਚਾਚਾ ਤੂੰ ਵੀ ਚੋਰ ਅਤੇ ਮੈਂ ਵੀ ਚੋਰ। ਠੀਕ ਹੈ, ਓਕੇ ਭੋਗ ਸਾਹਿਬ, ਬਹੁਤ ਬਹੁਤ ਧੰਨਵਾਦ। ਅਸੀਂ ਚਾਚਾ ਤੂੰ ਵੀ ਚੋਰ ਅਤੇ ਮੈਂ ਵੀ ਚੋਰ, ਉਹ ਸਾਰੇ ਜਿੰਨੇ ਆਪਸ ਵਿੱਚ ਮਹੇਸ਼ ਸਾਹਿਬ ਡਾਕਟਰ ਸਾਹਿਬ ਜਿੰਨੇ ਆਪਸ ਵਿੱਚ ਤੱਤੇ ਹੋਏ ਸੀ, ਆਪਸ ਵਿੱਚ ਗੱਲਾਂ ਕਰਦੇ ਸੀਗੇ, ਸਾਰੇ ਹੱਸ ਹੱਸ ਕੇ ਦੋਹਰੇ ਹੋ ਗਏ ਅਤੇ ਕਹਿੰਦੇ ਗੁਰਦੇਵ ਸਿੰਘ ਸ਼ਾਬਾ ਹੀ ਆਦੇ ਨੇ। ਤੂੰ ਕਹਿੰਦਾ ਸਾਡਾ ਕਹਿੰਦਾ ਸਬਜੈਕਟ ਹੀ ਚੇਂਜ ਕਰ ਦਿੱਤਾ। ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਤੁਹਾਡੇ ਕਾਲ ਦਾ। ਹਾਂ ਡਾਕਟਰ ਸਾਹਿਬ, ਹਾਂ ਬਹੁਤ ਬਹੁਤ ਮਿਹਰਬਾਨੀ ਭੋਗਲ ਸਾਹਿਬ, ਤੁਸੀਂ ਦੁਆਰਾ ਫਿਰ ਆਏ, ਸੁਮਨ ਸਾਹਿਬ ਵੀ ਦੁਆਰਾ ਆਏ, ਥੈਂਕ ਯੂ ਤੁਹਾਡਾ। ਬਾਕੀ ਗੱਲ ਜਿਹੜੀ ਕਾਨਵੈਂਟ ਤੋਂ ਸਾਂਝ ਹੋਣ ਕੀਤੀ ਗੱਲ ਠੀਕ ਹੈਗੀ ਆ, ਅਸੀਂ ਯਾਨੀ ਕਿ ਤਾਂ ਹੀ ਬੰਦੇ ਨੂੰ ਕਮਿਊਨੀਕੇਟ ਕਰ ਸਕਦੇ ਹਾਂ ਇਫ ਦੇ ਵਾਂਟ ਟੂ ਲਿਸਨ ਟੂ ਅਸ, ਉਹਨਾਂ ਨੂੰ ਜ਼ਰੂਰ ਆਪਣੇ ਆ, ਕਿਉਂਕਿ ਸਾਡੇ ਉਹ ਜਿੱਦਾਂ ਕਹਿੰਦੇ ਆ ਭਤੀਜੇ ਹੋ ਸਕਦੇ ਆ, ਸਾਡੇ ਭਾਣਜੇ ਹੋ ਸਕਦੇ ਆ, ਸਾਡੇ ਯਾਨੀ ਕਿ ਆਪਣੇ ਹੈ ਉਹ, ਅਤੇ ਉਹਨਾਂ ਨੂੰ ਯਾਨੀ ਕਿ ਦੱਸਣਾ ਚਾਹੀਦਾ ਵੀ ਇੱਥੇ ਐਕਸੈਪਟਡ ਨਹੀਂ ਹੈਗਾ, ਕੋਈ ਸ਼ੋਰਟਕੱਟ ਨਹੀਂ ਹੈਗਾ, ਯੂ ਵਿਲ ਹੈਵ ਟੂ ਵਰਕ ਵੈਰੀ ਹਾਰਡ, ਅਤੇ ਇਹੋ ਜਿਹਾ ਯਾਨੀ ਕਿ ਇੱਥੇ ਮਾਹੌਲ ਹੈਗਾ, ਇਹੋ ਜਿਹਾ ਮੈਨਰਸ ਹੈਗੀਆਂ, ਤੁਸੀਂ ਇੱਕ ਦਿਨ ਵਿੱਚ ਅਮੀਰ ਨਹੀਂ ਬਣ ਸਕਦੇ ਹੈਗੇ, ਨਹੀਂ ਤਾਂ ਇਹਦੇ ਨਾਲ ਸਾਡੀ ਸਾਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ, ਤੁਹਾਡੀ ਵੀ ਬਦਨਾਮੀ ਹੁੰਦੀ ਆ, ਅਤੇ ਜੇ ਤੁਸੀਂ ਜੇਲ੍ਹ ਵਿੱਚ ਚਲੇ ਜਾਂਦੇ ਹਾਂ, ਜਦੋਂ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ, ਜੇ ਮਾਂ ਬਾਪ ਨੂੰ ਪਤਾ ਲੱਗਦਾ ਵੀ ਸਾਡਾ ਕਾਕਾ ਹੀ ਅਤੇ ਜਾਂ ਸਾਡੀ ਕਾਕੀ ਜੇਲ੍ਹ ਵਿੱਚ ਆ, ਅਤੇ ਫਿਰ ਕੰਮ ਖਰਾਬ ਹੁੰਦਾ। ਇਸ ਤੋਂ ਬਿਨਾਂ ਕਈ ਹੋਰ ਵੀ ਕਹਾਣੀਆਂ ਸੁਣਨ ਵਿੱਚ ਆਉਂਦੀਆਂ, ਜਿੱਥੇ ਕੇਸ ਯਾਨੀ ਕਿ ਬਹੁਤ ਬਦਫੈਲੀਆਂ ਦੇ ਕੇਸਿਸ ਹੁੰਦੇ ਹੈਗੇ ਆ, ਲੜਕੀਆਂ ਕਰ ਰਹੀਆਂ ਹੈਗੀਆਂ, ਮੁੰਡੇ ਵੀ ਕਰ ਰਹੇ ਹੈਗੇ ਆ, ਅਤੇ ਉਹ ਵੀ ਜਿਹੜਾ ਹੈਗਾ ਨੋਟ ਐਕਸੈਪਟੇਬਲ। ਉਹ ਆਪਾਂ ਬਹੁਤ ਸਾਰੇ ਇੱਥੇ ਦੇ ਲੋਕਾਂ ਦੇ ਬਾਰੇ ਤਾਂ ਗੱਲ ਕਰ ਰਹੇ ਸੀ, ਜਿਹੜੇ ਵਰਕਿੰਗ ਕਲਾਸ ਜਾਂ ਉਦੋਂ ਵੀ ਥੱਲੇ ਬੰਦੇ ਹੈਗੇ ਜਿਹੜੇ ਇੱਦਾਂ ਦਾ ਕੰਮ ਕਰਦੇ, ਪਰ ਹੁਣ ਤਾਂ ਸੋ ਕੋਲ ਚੰਗੇ ਘਰਾਂ ਵਿੱਚੋਂ ਯਾਨੀ ਕਿ ਬੱਚੇ ਜਿਹੜੇ ਆਏ ਹੈਗੇ ਆ, ਉਹ ਵੀ ਇਸ ਕੰਮ 'ਚ ਫਸ ਗਏ। ਸੋ ਨੀਡ ਟੂ ਬੀ ਵੈਰੀ ਕੇਅਰਫੁਲ ਵਾਟ ਵੀ ਡੂਇੰਗ। ਥੈਂਕ ਯੂ। ਇੱਕ ਹੋਰ ਗੱਲ ਮਜ਼ਰੂ ਦੱਸਣੀ ਚਾਹੁੰਦਾ ਕਿ ਜਿਹੜੇ ਸਟੂਡੈਂਟਸ ਇੱਥੇ ਆਏ ਆ ਉਹ ਪੜ੍ਹੇ ਲਿਖੇ ਆ, ਪੜ੍ਹੇ ਲਿਖਿਆ ਦੀ ਜਿਹੜੀ ਭਾਸ਼ਾ ਬਹੁਤ ਵਧੀਆ ਹੋਣੀ ਚਾਹੀਦੀ ਹੈ। ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਵੀ ਬੱਸਾਂ ਵਿੱਚ ਗਾਲਾਂ ਆਮ ਕੱਢੀਆਂ ਜਾਂਦੀਆਂ, ਅਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ, ਅਸੀਂ ਚਾਹੁੰਦੇ ਕਿ ਪੰਜਾਬੀ ਪ੍ਰਫੁੱਲਤ ਹੋਣੀ ਚਾਹੀਦੀ ਆ, ਪੰਜਾਬੀ ਹੋਰ ਪੜ੍ਹਾਈ ਜਾਣੀ ਚਾਹੀਦੀ ਆ। ਅਸੀਂ ਇਗਜ਼ਾਮਪਲ ਦੇਣਾ ਪੜ੍ਹੇ, ਜੇ ਪੜ੍ਹੇ ਲਿਖਿਆਂ ਨੂੰ ਬੋਲਣ ਦੀ ਤਮੀਜ਼ ਨਾ ਹੋਵੇ ਤਾਂ ਅਸੀਂ ਅਨਪੜ੍ਹਾਂ ਕੋਲੋਂ ਕੀ ਯਾਦਗਾਰ ਕਰ ਸਕਦੇ ਹਾਂ। ਭਰੀ ਬੱਸਾਂ 'ਚ ਗਾਲੀ ਗਲੋਚ ਕਰਨਾ ਇਹ ਬਹੁਤ ਘਟੀਆ, ਸਾਨੂੰ ਪਹਿਲਾਂ ਤਾਂ ਆਪਣੀ ਜਿਹੜੀ ਭਾਸ਼ਾ ਉਹਨੂੰ ਸੁਧਾਰਨਾ ਪਊਗਾ। ਜਿਹੜਾ ਜਿਹੜਾ ਪੜ੍ਹ ਲਿਖ ਕੇ ਗਾਲ ਕੱਢਦਾ ਉਹਦੇ ਵਰਗਾ ਤਾਂ ਫਿਰ ਅਨਪੜ੍ਹ ਚੰਗਾ ਉਹਦੇ ਨਾਲ ਤਾਂ, ਅਤੇ ਜਿਹੜੀ ਤਮੀਜ਼ ਆ ਇਹ ਬਹੁਤ ਜ਼ਰੂਰੀ ਆ, ਇਹ ਇਨਸਾਨ ਨੂੰ ਬਹੁਤ ਦੂਰ ਤੱਕ ਲੈ ਕੇ ਜਾਂਦੀ ਆ। ਸੋ ਭਾਸ਼ਾ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਪੰਜਾਬੀਆਂ ਨੂੰ ਖਾਸ ਤੌਰ 'ਤੇ, ਬਾਕੀਆਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ। ਆਸ ਵਿੱਚ ਬੋਲੋ, ਲੋਕ ਤੁਹਾਡੀ ਗੱਲ ਨੂੰ ਪਸੰਦ ਕਰਨ, ਵਧੀਆ ਸਤਿਕਾਰ ਨਾਲ ਬੋਲੋ, ਸਤਿਕਾਰ ਕਰਾਓ, ਅਤੇ ਪੰਜਾਬੀ ਦੀ ਤਾਂ ਹੀ ਬੱਲੇ ਬੱਲੇ ਆ। ਜੇ ਅਸੀਂ ਗਾਲ ਨੂੰ ਪੰਜਾਬੀ ਸਮਝਦੇ ਹਾਂ ਤਾਂ ਫਿਰ ਸਾਨੂੰ ਆਪਣੇ ਆਪ ਨੂੰ ਦੋ ਵਾਰੀ ਸੋਚਣ ਦੀ ਲੋੜ ਹੈਗੀ ਆ। ਜਿੱਦਾਂ ਗੱਲ ਕੀਤੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਤਰੱਕੀ ਕਰੀਏ, ਅਸੀਂ ਵੀ ਇਹ ਦੋਨੇ ਵੀਰ ਚਾਹੁੰਦੇ ਹਾਂ ਕਿ ਸਾਡੇ ਸਾਰੇ ਜਿਹੜੇ ਨਵੇਂ ਆਏ ਉਹ ਵੀ ਤਰੱਕੀ ਕਰਨ। ਉਹਨਾਂ ਨੂੰ ਭਾਸ਼ਾ ਦਾ ਖਿਆਲ ਰੱਖੋ ਔਰ ਮੁਹੱਬਤ ਨਾਲ ਪੇਸ਼ ਆਓ, ਔਰ ਜਿਹੜਾ ਕੋਈ ਨਾ ਕੋਈ ਕੰਮ ਸਿੱਖ ਲਓ, ਭਾਵੇਂ ਤੁਸੀਂ ਬਿਜਲੀ ਦਾ ਕੰਮ ਸਿੱਖ ਲਓ, ਇੱਟਾਂ ਲਾਉਣ ਦਾ ਕੰਮ ਸਿੱਖ ਲਓ, ਪਲਾਸਟਿਕ ਦਾ ਕੰਮ ਸਿੱਖ ਲਓ, ਗੱਡੀਆਂ ਸਿਖਾਉਣ ਦਾ ਕੰਮ ਸਿੱਖ ਲਓ, ਸਿੱਖੋਗੇ ਤਾਂ ਤੁਹਾਡੇ ਪੈਸੇ ਵੀ ਰਿਕਵਰ ਹੋਣਗੇ, ਤੁਹਾਡੀ ਜ਼ਿੰਦਗੀ ਵਧੀਆ ਨਿਕਲੂਗੀ। ਅਤੇ ਜੇ ਤੁਸੀਂ ਕਹੋਗੇ ਤਾਂ ਧੱਕਾਸ਼ਾਹੀ ਕਰਕੇ ਡੱਬੇ ਰੋਡ 'ਤੇ ਪੀ ਕੇ ਸੈੱਟ ਕੇ ਅਸੀਂ ਤਰੱਕੀ ਕਰਾਂਗੇ, ਇੱਦਾਂ ਨਹੀਂ ਹੋਣੀ। ਅੱਜ ਲਈ ਇੰਨਾ ਹੀ, ਆਪਣਾ ਰੱਖਿਓ ਖਿਆਲ, ਅਸੀਂ ਮਿਲਾਂਗੇ ਅਗਲੇ ਹਫ਼ਤੇ। ਅੱਜ ਜਿੰਨੀਆਂ ਵੀ ਅਸੀਂ ਗੱਲਾਂ ਕੀਤੀਆਂ ਅਸੀਂ ਕੋਸ਼ਿਸ਼ ਕਰਦੇ ਤੁਹਾਡੇ ਕੋਈ ਸਹੀ ਮੈਸੇਜ ਪਹੁੰਚ ਜਾਵੇ, ਅਤੇ ਧੰਨਵਾਦ ਬਾਬੋ, ਅਤੇ ਮਿਲਦੇ ਅਗਲੇ ਹਫ਼ਤੇ। ਜੈ ਪੀ